ਜਿਹੜਾ ਇਹ ਗਾਇਕ ਆ ਉਹਨੂੰ ਸ਼ਾਇਦ ਕਿਤੇ ਨਾ ਕਿਤੇ ਇਹ ਗੱਲ ਪਤਾ ਹੈ ਕਿ ਜਿੰਨੀ ਉਹ ਕੰਟਰੋਵਰਸੀ ਕ੍ਰੀਏਟ ਕਰੂਗਾ ਉਹਨਾਂ ਉਹਦਾ ਗਾਣਾ ਸੁਣਿਆ ਜਾਊਗਾ। ਐਕਚੁਅਲੀ ਉਹ ਖੇਡਦਾ ਹੈ ਇਹਨਾਂ ਚੀਜ਼ਾਂ ਦੇ ਨਾਲ। AK-47 ਇਸ ਤਰ੍ਹਾਂ ਦਾ ਵੈਪਨ ਹੈ ਜਿਹੜਾ ਕੋਈ ਲਾਇਸੈਂਸੀ ਵੈਪਨ ਨਹੀਂ ਹੋ ਸਕਦਾ, ਮਤਲਬ ਕਿ ਕੋਈ ਵਿਅਕਤੀ ਇਹਨੂੰ ਲਾਇਸੈਂਸ 'ਤੇ ਨਹੀਂ ਲੈ ਸਕਦਾ। ਕੋਈ ਜਿਹੜਾ ਸਿਵਿਲੀਅਨ ਹੈ ਉਹ ਇਹਨੂੰ ਹੋਲਡ ਵੀ ਨਹੀਂ ਕਰ ਸਕਦਾ। ਇਹਨੇ ਨਾ ਸਿਰਫ AK-47 ਜਿਹੜੀ ਉਹ ਹੋਲਡ ਕੀਤੀ ਬਲਕਿ ਉਹਨੂੰ ਚਲਾਇਆ। ਉਹ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸੀਗੀਆਂ ਉਹ ਕਿਸੇ ਹੋਰ ਨੇ ਵੀਡੀਓ ਬਾਹਰ ਨਹੀਂ ਕੱਢੀਆਂ, ਵਾਇਰਲ ਨਹੀਂ ਕੀਤੀਆਂ, ਬਲਕਿ ਇਹਨੇ ਆਪ ਹੀ ਉਹ ਵੀਡੀਓ ਜਿਹੜੀਆਂ ਸੀ ਉਹ ਬਾਹਰ ਕੱਢੀਆਂ। ਜਿਸ ਦਿਨ ਸਿੱਧੂ ਮੂਸੇਵਾਲੇ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਗਿਆ, ਕਾਂਗਰਸ ਤਾਂ ਕਿਵੇਂ ਪੱਬਾਂ ਭਾਰ ਹੋਈ ਪਈ ਸੀ। ਜਿਹੜੇ ਫੈਨਸ ਨੇ ਉਹ ਵੋਟਰ ਥੋੜ੍ਹੀ ਨੇ, ਇਹ ਕਾਹਦੀ ਗਰੰਟੀ ਹੈ ਕਿ ਜਿਹੜੇ ਫੈਨਸ ਨੇ ਉਹ ਵੋਟਰ ਵੀ ਹੋਣਗੇ। ਉਂਝ ਵੀ ਸਭ ਨੂੰ ਪਤਾ ਜਿਹੜੀਆਂ ਮਿਲੀਅਨ ਦੇ ਵਿੱਚ ਲਾਈਕਸ ਅਤੇ ਕਮੈਂਟਸ ਆਉਂਦੇ ਆ ਉਹ ਮੁੱਲ ਖਰੀਦੇ ਜਾਂਦੇ ਆ, ਸਿੱਧੀਆਂ ਗਾਲਾਂ ਦੇ ਰੂਪ ਦੇ ਵਿੱਚ ਆ। ਈਵਨ ਅਖੀਰ ਦੇ ਵਿੱਚ ਤਾਂ ਜਿਹੜੇ ਲਫ਼ਜ਼ ਆਪਾਂ ਏਅਰ ਦੇ ਉੱਤੇ ਵਰਤ ਹੀ ਨਹੀਂ ਸਕਦੇ ਉਹ ਲਫ਼ਜ਼ ਇਹਨੇ ਗਾਣੇ ਦੇ ਵਿੱਚ ਪਾਏ ਹੋਏ ਆ। ਇਹਨੂੰ ਪਤਾ ਹੀ ਨਹੀਂ ਕਿ ਕੀ ਬੋਲਣਾ ਕੀ ਕਰਨਾ, ਉਹ ਹੰਕਾਰ ਦੇ ਨਾਲ ਭਰਿਆ ਹੋਇਆ ਜਾਂ ਉਹ ਇਹ ਸਮਝਦਾ ਕਿ ਮੇਰੇ ਤੋਂ ਸਿਆਣਾ ਕੋਈ ਨੀਗਾ, ਕਿਉਂਕਿ ਇੰਨਾ ਪੈਸਾ ਲੋੜ ਤੋਂ ਪਹਿਲਾਂ ਆ ਜਾਣਾ, ਸੌਖਾ ਆ ਜਾਣਾ, ਦਿਮਾਗ ਖਰਾਬ ਕਰ ਦਿੰਦਾ। ਇੱਕ ਗਾਣਾ ਇਹ ਕੱਢ ਰਿਹਾ ਕਿ ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ 'ਤੇ, ਇਹਦੇ ਉੱਤੇ ਤਾਂ ਕੇਸ ਉੱਦਾਂ ਦਾ ਹੈ ਨੀਗਾ ਜਿਹੜਾ ਇਹ ਗੀਤ ਗਾ ਰਿਹਾ ਸੀਗਾ। ਪਰ ਸਵਾਲ ਇਹ ਆ ਕਿ ਕਿੰਨੀ ਦੇਰ ਇਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਬਰਦਾਸ਼ਤ ਕਰੀ ਜਾਓਗੇ। ਕਪੂਰਥਲੇ ਤੋਂ ਸੁਲਤਾਨਪੁਰ ਲੋਧੀ ਨੂੰ ਜਾਂਦੀ ਸੜਕ ਚੌੜੀ ਹੋ ਰਹੀ ਆ। ਮੈਂ ਕੱਲ੍ਹ ਹੀ ਪੜ੍ਹ ਰਿਹਾ ਸੀਗਾ ਰੁੱਖ ਵੱਢ ਵੱਢ ਕੇ ਸਾਰੇ ਸੁੱਟੇ ਜਾ ਰਹੇ ਨੇ, 100-100 ਸਾਲ ਪੁਰਾਣੇ ਰੁੱਖ ਵੱਢੇ ਜਾ ਰਹੇ ਨੇ। 21% ਦੇ ਕਰੀਬ ਜਿਹੜਾ ਉਹ ਜੰਗਲਾਤ ਚਾਹੀਦਾ, ਪੰਜਾਬ ਦੇ ਵਿੱਚ 6% ਵੀ ਜੰਗਲਾਤ ਨਹੀਂ ਰਹਿ ਗਿਆ। ਸਮਾਂ ਪਾ ਕੇ ਇਹ ਜਿਹੜੇ ਕਾਰਪੋਰੇਟ ਅਦਾਰੇ ਨੇ ਉਹਨਾਂ ਜ਼ਮੀਨਾਂ ਨੂੰ ਪਲਾਟਾਂ ਦੇ ਵਿੱਚ ਵੇਚ ਦਿੰਦੇ ਆ। ਕਿਹੜੀ ਇੰਡਸਟਰੀ ਲੱਗਣੀ ਆ? ਇਹ ਜਿਹੜਾ ਉਦਯੋਗਿਕ ਪਾਰਕ ਬਣਾਉਣ ਦੇ ਵਾਸਤੇ ਸਤਲੁਜ ਦੇ ਨਾਲ ਲੱਗਵੀਂ ਜ਼ਮੀਨ ਦਿੱਤੀ ਜਾ ਰਹੀ ਸੀ, ਇਹਦਾ ਮੇਨ ਮਕਸਦ ਇਹੀ ਸੀ ਜਿਹੜੀ ਛੋਟੀ ਮੋਟੀ ਇੰਡਸਟਰੀ ਲੱਗੂਗੀ ਗੰਦ ਚੁੱਕ ਕੇ ਸਾਰਾ ਨਾਲ ਦੀ ਨਾਲ ਸਤਲੁਜ ਦਰਿਆ ਦੇ ਵਿੱਚ ਸੁੱਟ ਦੇਊਗੀ। ਜਿਹੜਾ ਕੁਦਰਤੀ ਬਹਾਓ ਆ ਤੁਸੀਂ ਤਾਂ ਉਹਦੇ ਵਿੱਚ ਅੜਿੱਕਾ ਪਾਉਣ ਲੱਗ ਗਏ, ਤੁਸੀਂ ਤਾਂ ਕੁਦਰਤ ਦੇ ਕੰਮਾਂ ਦੇ ਵਿੱਚ ਦਖਲ ਦੇਣ ਲੱਗ ਗਏ। ਦਰਿਆਵਾਂ ਤੱਕ ਵੇਚ ਗਏ ਜੀ, ਰੇਤਾ ਤਾਂ ਵੇਚ ਰਹੇ ਆ, ਦਰਿਆ ਤੱਕ ਜਿਹੜੇ ਸੀਗੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਕਿਸਮ ਦੇ ਨਾਲ ਵੇਚ ਦਿੱਤੇ। ਔਰ ਗੱਲ ਇਹ ਆ ਕਿ ਜਿਹੜਾ ਮਾਲੀ ਆ ਨਾ ਉਹੀ ਉਜਾੜਨ ਦੇ ਉੱਤੇ ਤੁਰ ਪਿਆ ਹੋਇਆ। ਕੁਛ ਲੋਕ ਕਹਿੰਦੇ ਆ ਕਿ SYL ਦੁਬਾਰਾ ਬਣ ਜੂਗੀ, SYL ਦੁਬਾਰਾ ਨਹੀਂ ਬਣੂਗੀ। ਇਹ ਸਭ ਨੂੰ ਪਤਾ ਕਿਉਂਕਿ ਉਹ ਲਾਈਫ ਲਾਈਨ ਹੈ ਪੰਜਾਬ ਦੀ, ਜੇ ਉਹ ਨਿਕਲਦੀ ਆ ਤਾਂ ਲਾਈਫ ਲਾਈਨ ਤਬਾਹ ਹੁੰਦੀ ਹੈ। ਪੰਜਾਬ ਦੇ ਵਿੱਚ 490 ਲੱਖ ਏਕੜ ਫੁੱਟ ਪਾਣੀ ਮੌਜੂਦ ਹੈ, ਸਾਲਾਨਾ ਕਮੀ ਜਿਹੜੀ ਆ ਉਹ 36 ਲੱਖ ਏਕੜ ਫੁੱਟ ਦੀ ਹੈਗੀ ਹੈ। ਮਤਲਬ ਕਿ ਪੰਜਾਬ ਜਿਹੜਾ ਦਰਿਆਵਾਂ ਦੇ ਨਾਂ ਦੇ ਉੱਤੇ ਧਰਤੀ ਆ ਉੱਥੇ ਵੀ ਪਾਣੀ ਦੀ ਜਿਹੜੀ ਉਹ ਕਮੀ ਹੈ। ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਵਾਸਤੇ ਸੋ ਕਾਲਡ ਸੰਘਰਸ਼ ਕੀਤਾ, ਸੂਬੇ ਨੂੰ ਤੋੜਨ ਦੇ ਵਾਸਤੇ, ਸੂਬੇ ਨੂੰ ਛੋਟਾ ਕਰਨ ਦੇ ਵਾਸਤੇ ਸੂਬੀ ਬਣਾ ਲਈ ਨਿੱਕੀ ਜੀ। ਪੰਜਾਬ ਜਿਹਦਾ ਪਾਣੀ ਇੰਨਾ ਥੱਲੇ ਚਲੇ ਗਿਆ, ਉਹਦੇ ਟਿਊਬਵੈੱਲਾਂ ਵਾਲਾ ਪਾਣੀ ਮੁੱਕਣ ਵਾਲਾ, ਔਰ ਉਹਦੇ ਕੋਲ ਜ਼ਮੀਨ ਸਿੰਜਣ ਜੋਗਾ ਪਾਣੀ ਨਹੀਂ ਰਹਿਣਾ, ਅਤੇ ਇਹ ਕਿਵੇਂ ਹੋ ਸਕਦਾ ਕਿ ਇਹ ਉਹ ਇਹ ਕਵੇ ਠੀਕ ਆ ਜੀ ਇੰਨਾ ਕੁ ਹਿੱਸਾ ਹਰਿਆਣੇ ਦਾ ਬਣਦਾ ਅਤੇ ਹਰਿਆਣੇ ਨੂੰ ਅਸੀਂ ਇਹ ਹਿੱਸਾ ਦੇਣ ਦੇ ਵਾਸਤੇ ਤਿਆਰ ਹਾਂ। ਸਤਿ ਸ਼੍ਰੀ ਅਕਾਲ, ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸੱਚੀਆਂ ਅਤੇ ਖਰੀਆਂ ਪੰਨੂ ਦੀਆਂ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ। ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਸ਼ੋਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਵਿਵਾਦਾਂ 'ਚ ਫਸ ਗਿਆ, ਨਵਾਂ ਗਾਣਾ ਆਇਆ ਕੀ ਕਹਿੰਦਾ ਹੈ ਅਤੇ ਵਿਵਾਦ ਕਿੱਦਾਂ ਦੇ ਛਿੜ ਗਏ ਨੇ ਉਹਦੇ ਬਾਰੇ ਪ੍ਰੋਗਰਾਮ 'ਚ ਤੁਹਾਨੂੰ ਦੱਸਾਂਗੇ। ਇਸ ਤੋਂ ਇਲਾਵਾ ਗੱਲ ਮੱਤੇਵਾੜਾ ਦੇ ਜੰਗਲਾਂ ਦੀ ਵੀ ਕਰਾਂਗੇ ਅਤੇ ਪੰਜਾਬ ਦੇ ਪਾਣੀ ਦੀ ਵੀ ਗੱਲ ਕਰਾਂਗੇ ਅਤੇ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਹੋਰੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਨੂ ਸਾਹਿਬ, ਕੱਲ੍ਹ ਇੱਕ ਗਾਣਾ ਆਇਆ ਸਕੇਪ ਗੋਟ ਸਿੱਧੂ ਮੂਸੇਵਾਲਾ ਦਾ ਅਤੇ ਬੜਾ ਰੌਲਾ ਪੈ ਗਿਆ, ਕੀ ਗੱਲ? ਚੂੰਡੀਆਂ ਜਾਣ ਜਾਣ ਕੇ ਵੱਢਦਾ ਉਹ ਕਿਸੇ ਨੂੰ ਕਿ ਕੋਈ ਭੜਾਸ ਕੱਢ ਰਿਹਾ? ਟਰਾਂਸਪੋਰਟ ਮੰਤਰੀ ਵੀ ਬੜੇ ਤੱਤੇ ਹੋਏ ਫਿਰਦੇ ਨੇ, ਕਹਿੰਦੇ ਕਾਰਵਾਈ ਕਰਨੀ, ਪੁਰਾਣਾ ਕੇਸ ਜਿਹੜਾ ਇਹਨੇ ਬੰਦ ਕਰਾਤਾ ਸੀ ਟੋਏ ਗਨ ਕਹਿ ਕੇ ਉਹ ਵੀ ਕਢਵਾਉਣਾ। ਐਕਚੁਅਲੀ ਜਿਹੜਾ ਇਹ ਗਾਇਕ ਆ ਉਹਨੂੰ ਸ਼ਾਇਦ ਕਿਤੇ ਨਾ ਕਿਤੇ ਇਹ ਗੱਲ ਪਤਾ ਹੈ ਕਿ ਜਿੰਨੀ ਉਹ ਕੰਟਰੋਵਰਸੀ ਕ੍ਰੀਏਟ ਕਰੂਗਾ ਉਹਨਾਂ ਉਹਦਾ ਗਾਣਾ ਸੁਣਿਆ ਜਾਊਗਾ। ਇਸੇ ਕਰਕੇ ਉਹਦੇ ਜਿਹੜੇ ਗੀਤ ਨੇ ਉਹਨਾਂ ਦੇ ਵਿੱਚ ਉਹ ਕਈ ਵਾਰੀ ਆਪ ਹੀ ਕੰਟਰੋਵਰਸੀ ਕ੍ਰੀਏਟ ਕਰ ਲੈਂਦਾ, ਫਿਰ ਉਹ ਉਹਦੇ ਵਿੱਚੋਂ
ਕੱਢ ਦਿੰਦਾ ਉਹਨਾਂ ਪਾਰਟ, ਕਦੀ ਉਹ ਮਾਫੀ ਮੰਗ ਲੈਂਦਾ, ਕਦੀ ਕੁਛ ਕਰਦਾ, ਕਦੀ ਕੁਛ ਕਰਦਾ। ਐਕਚੁਅਲੀ ਉਹ ਖੇਡਦਾ ਇਹਨਾਂ ਚੀਜ਼ਾਂ ਦੇ ਨਾਲ, ਅਤੇ ਉਹਦੇ ਵਾਸਤੇ ਉਹ ਨਿੱਜੀ ਜਿਹੜੀ ਨਿੱਜੀ ਜ਼ਿੰਦਗੀ ਆ ਉਹਦੇ ਵਿੱਚ ਵੀ ਅਜਿਹੀਆਂ ਕੰਟਰੋਵਰਸੀਜ਼ ਅਕਸਰ ਕ੍ਰੀਏਟ ਕਰਦਾ ਰਹਿੰਦਾ। ਜਦੋਂ ਕਰੋਨਾ ਦਾ ਸਮਾਂ ਸੀਗਾ ਉਸ ਵੇਲੇ ਉਹਨੇ ਇੱਕ ਤਾਂ ਉਹਦੀ ਫਾਇਰਿੰਗ ਕਰਦਿਆਂ ਦੀ ਵੀਡੀਓ ਸਾਹਮਣੇ ਆ ਗਈ ਪਿਸਤੌਲ ਦੇ ਨਾਲ, ਇੱਕ ਉਹਨੇ AK-47 ਦੇ ਨਾਲ ਫਾਇਰਿੰਗ ਕੀਤੀ। ਲੱਡਾ ਕੋਠੀ ਜਿਹੜੀ ਕਿ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪੈਂਦੀ ਆ, ਉਹਨੂੰ ਕਰਫਿਊ ਦੇ ਵਿੱਚ ਕਿਵੇਂ ਖਲਵਾ ਲਿਆ ਗਿਆ, ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਸੀ। ਔਰ ਉਹ ਕੋਠੀ ਖੁਲਵਾ ਕੇ ਉੱਥੇ ਜਾ ਕੇ ਇਹਨਾਂ ਨੇ ਸ਼ੂਟਿੰਗ ਕੀਤੀ। ਉਹਦੇ ਵਿੱਚ ਕੁਛ ਪੁਲਿਸ ਵਾਲੇ ਵੀ ਸ਼ਾਮਿਲ ਸਨ, ਪੁਲਿਸ ਵਾਲਿਆਂ ਦੇ ਕੁਛ ਬੱਚੇ ਉਹਦੇ ਵਿੱਚ ਸ਼ਾਮਿਲ ਸਨ ਜਿਹਨਾਂ ਦੇ ਨਾਲ ਇਹਦੀ ਦੋਸਤੀ ਹੋਊਗੀ। ਉਹਨਾਂ ਨੇ ਕਹਿ ਕੇ ਇਹ ਲੱਡਾ ਕੋਠੀ ਖੁਲਵਾ ਦਿੱਤੀ, ਉੱਥੇ ਸ਼ੂਟਿੰਗ ਰੇਂਜ ਬਣੀ ਹੋਈ ਆ ਪੁਲਿਸ ਦੀ, ਪੁਲਿਸ ਤੋਂ ਇਲਾਵਾ ਉੱਥੇ ਕੋਈ ਨਹੀਂ ਜਾ ਸਕਦਾ। AK-47 ਇਸ ਤਰ੍ਹਾਂ ਦਾ ਵੈਪਨ ਹੈ ਜਿਹੜਾ ਕੋਈ ਲਾਈਸੈਂਸੀ ਵੈਪਨ ਨਹੀਂ ਹੋ ਸਕਦਾ, ਮਤਲਬ ਕਿ ਕੋਈ ਵਿਅਕਤੀ ਇਹਨੂੰ ਲਾਈਸੈਂਸ 'ਤੇ ਨਹੀਂ ਲੈ ਸਕਦਾ, ਕੋਈ ਜਿਹੜਾ ਸਿਵਿਲੀਅਨ ਆ ਉਹ ਇਹਨੂੰ ਹੋਲਡ ਵੀ ਨਹੀਂ ਕਰ ਸਕਦਾ AK-47 ਨੂੰ ਕਾਨੂੰਨ ਦੇ ਮੁਤਾਬਕ। ਇਹਨੇ ਨਾ ਸਿਰਫ AK-47 ਜਿਹੜੀ ਉਹ ਹੋਲਡ ਕੀਤੀ ਬਲਕਿ ਉਹਨੂੰ ਚਲਾਇਆ। ਉਹ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸੀਗੀਆਂ ਉਹ ਕਿਸੇ ਹੋਰ ਨੇ ਵੀਡੀਓ ਬਾਹਰ ਨਹੀਂ ਕੱਢੀਆਂ, ਵਾਇਰਲ ਨਹੀਂ ਕੀਤੀਆਂ, ਬਲਕਿ ਇਹਨੇ ਆਪ ਹੀ ਉਹ ਵੀਡੀਓ ਜਿਹੜੀਆਂ ਸੀ ਉਹ ਬਾਹਰ ਕੱਢੀਆਂ। ਬਾਅਦ ਦੇ ਵਿੱਚ ਉਸ ਮਾਮਲੇ ਦੇ ਉੱਤੇ ਇਹ ਫਸ ਗਿਆ। ਜਦੋਂ ਉਸ ਮਾਮਲੇ ਦੇ ਉੱਤੇ ਫਸ ਗਿਆ ਤਾਂ ਇਹਨੇ ਜਾਂ ਪੁਲਿਸ ਨੇ ਇਹਨੂੰ ਬਚਾਉਣਾ ਸੀ, ਪੁਲਿਸ ਨੇ ਇਸ ਕਰਕੇ ਬਚਾਉਣਾ ਸੀ ਕਿ ਪੁਲਿਸ ਦੇ ਕੁਛ ਆਫਿਸਰ ਇਸ ਮਾਮਲੇ ਦੇ ਵਿੱਚ ਫਸਦੇ ਸੀ ਕਿ ਤੁਸੀਂ ਕਰਫਿਊ ਦੇ ਵਿੱਚ ਪਹਿਲੀ ਤਾਂ ਗੱਲ ਉਹ ਲੱਡਾ ਕੋਠੀ ਜਿਹੜੀ ਸ਼ੂਟਿੰਗ ਰੇਂਜ ਆ ਜਿਹੜੀ ਉਹਨੂੰ ਖੋਲ੍ਹ ਕਿਵੇਂ ਦਿੱਤਾ, ਦੂਜਾ AK-47 ਜਿਹੜੀ ਉਹ ਜਾਰੀ ਕਿਵੇਂ ਹੋ ਗਈ, ਪਿਸਤੌਲ ਜਾਰੀ ਕਿਵੇਂ ਹੋ ਗਿਆ, ਉਹ ਕਿਹਦੇ ਨਾਂ ਦੇ ਉੱਤੇ ਜਾਰੀ ਹੋਇਆ, ਉਹਦੇ ਨਾਲ ਸ਼ੂਟਿੰਗ ਨਹੀਂ ਕੀਤੀ ਜਾ ਸਕਦੀ, ਕੋਈ ਇੰਡੀਵਿਜੁਅਲ ਕੋਈ ਸਿਵਿਲੀਅਨ ਉਹਦੇ ਨਾਲ ਇਸ ਤਰ੍ਹਾਂ ਸ਼ੂਟਿੰਗ ਨਹੀਂ ਕਰ ਸਕਦਾ। ਫਿਰ ਪੁਲਿਸ ਨੇ ਕੀ ਕੀਤਾ, ਉਸ ਸਭ ਕਾਸੇ ਨੂੰ ਬਚਾਉਣ ਦੇ ਵਾਸਤੇ, ਆਪਣੀ ਚਮੜੀ ਬਚਾਉਣ ਦੇ ਵਾਸਤੇ, ਆਪਣੀ ਸਕਿਨ ਸੇਵ ਕਰਨ ਦੇ ਵਾਸਤੇ ਇਹ ਲਿਖ ਦਿੱਤਾ ਕਿ ਇਹ ਤਾਂ ਟੋਏ ਵੈਪਨ ਸੀ, ਭਾਵ ਕਿ ਖਿਡਾਉਣਾ ਪਿਸਤੌਲ ਸਨ। ਚਲੋ ਖਿਡਾਉਣਾ ਪਿਸਤੌਲ ਹੋਊਗਾ, ਖਿਡਾਉਣਾ AK-47 ਤਾਂ ਨਹੀਂ ਹੋ ਸਕਦੀ। ਜਿਹੜੇ ਇਹ ਹਥਿਆਰ ਗੀਤਾਂ ਦੇ ਵਿੱਚ ਵਿਖਾਉਂਦਾ ਕਿ ਉਹ ਟੋਏ ਨੇ ਸਾਰੇ, ਕਿ ਉਹ ਖਿਡਾਉਣੇ ਨੇ ਜਾਂ ਅਸਲੀ ਵਾਲੇ ਜਿਹੜੇ ਉਹ ਗੀਤਾਂ ਦੇ ਵਿੱਚ ਦਿਖਾਉਂਦਾ, ਇਹ ਆਮ ਜਿਹੜੇ ਨੌਜਵਾਨ ਪੀੜ੍ਹੀ ਆ ਉਹਦੇ ਉੱਤੇ ਕਿੰਨਾ ਅਸਰ ਪਾਉਂਦੇ ਆ, ਇਹਦੇ ਵਾਸਤੇ ਕਈ ਵਾਰੀ ਪਹਿਲਾਂ ਗੱਲ ਹੋ ਚੁੱਕੀ ਹੋਈ ਆ। ਹੁਣ ਦੁਬਾਰਾ ਫਿਰ ਇੱਕ ਵਾਰੀ ਇਹ ਸਿੱਧੂ ਮੂਸੇਵਾਲਾ ਫਸ ਗਿਆ ਇੱਕ ਗੀਤ ਗਾ ਕੇ, ਬਲੀ ਦਾ ਬੱਕਰਾ। ਬਲੀ ਦਾ ਬੱਕਰਾ ਕੌਣ ਹੈ? ਸਿੱਧੂ ਮੂਸੇਵਾਲੇ ਨੂੰ ਕਿਹਨੇ ਕਿਹਾ ਸੀਗਾ ਕਿ ਤੂੰ ਰਾਜਨੀਤੀ ਦੇ ਵਿੱਚ ਆ ਅਤੇ ਚੋਣ ਲੜ? ਮਾਨਸਾ ਵਾਲੀ ਸੀਟ ਦੇ ਉੱਤੋਂ ਜਿੰਨੇ ਪਵਾੜੇ ਕਾਂਗਰਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਆਉਣ ਤੋਂ ਬਾਅਦ ਪਏ, ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਹਾਲਾਂਕਿ ਇਕੱਲੀ ਕਾਂਗਰਸ ਜਿਹੜੀ ਆ ਉਹ ਮਾਨਸਾ ਵਾਲੀ ਸੀਟ ਨਹੀਂ ਹਾਰੀ, ਪਰ ਜਿਹੜੀਆਂ ਕੰਟਰੋਵਰਸੀ ਸਨ ਉਹ ਕਿਤੇ ਨਾ ਕਿਤੇ ਇਕੱਠੀਆਂ ਕੁੱਟੀਆਂ ਜਿਹੀਆਂ ਹੋ ਕੇ ਸਾਰੀਆਂ ਕੰਮ ਤਾਂ ਕੀਤਾ ਨਾ, ਉਹਦੇ ਵਿੱਚੋਂ ਇੱਕ ਸਿੱਧੂ ਮੂਸੇਵਾਲੇ ਦੇ ਨਾਲ ਜੁੜੀ ਹੋਈ ਕੰਟਰੋਵਰਸੀ ਵੀ ਸੀ। ਜਿਸ ਦਿਨ ਸਿੱਧੂ ਮੂਸੇਵਾਲੇ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕੀਤਾ ਗਿਆ, ਕਾਂਗਰਸ ਤਾਂ ਕਿਵੇਂ ਪੱਬਾਂ ਭਾਰ ਹੋਈ ਪਈ ਸੀ। ਪ੍ਰੈਸ ਕਾਨਫਰੰਸ ਆ ਯਾਦ ਕਰੋ, ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ, ਨਵਜੋਤ ਸਿੰਘ ਸਿੱਧੂ ਇਹ ਉਹਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕਰਵਾਉਂਦੇ ਨੇ। ਸ਼ਾਮਿਲ ਕਰਵਾਉਂਦਿਆਂ ਸਾਰ ਉਹਨੂੰ ਦਿੱਲੀ ਲੈ ਕੇ ਪਹੁੰਚ ਜਾਂਦੇ ਨੇ, ਦਿੱਲੀ ਦੇ ਵਿੱਚ ਜਾ ਕੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਵਾਈ ਜਾਂਦੀ ਆ, ਮੁਲਾਕਾਤ ਕਰਵਾ ਕੇ ਉਹ ਫੋਟੋਆਂ ਜਾਰੀ ਕੀਤੀਆਂ ਜਾਂਦੀਆਂ ਨੇ। ਇਹ ਆਖਿਆ ਜਾਂਦਾ ਕਿ ਸਿੱਧੂ ਮੂਸੇਵਾਲੇ ਦੇ ਕਰੋੜਾਂ ਫੈਨਸ ਨੇ, ਜਿਹੜੇ ਫੈਨਸ ਨੇ ਉਹ ਵੋਟਰ ਥੋੜ੍ਹੀ ਨੇ, ਇਹ ਕਾਹਦੀ ਗਰੰਟੀ ਆ ਕਿ ਜਿਹੜੇ ਫੈਨਸ ਨੇ ਉਹ ਵੋਟਰ ਵੀ ਹੋਣਗੇ? ਉਂਝ ਵੀ ਸਭ ਨੂੰ ਪਤਾ ਜਿਹੜੀਆਂ ਮਿਲੀਅਨ ਦੇ ਵਿੱਚ ਲਾਈਕਸ ਅਤੇ ਕਮੈਂਟਸ ਆਉਂਦੇ ਆ ਉਹ ਮੁੱਲ ਖਰੀਦੇ ਜਾਂਦੇ ਆ, ਇਹ ਸਭ ਨੂੰ ਪਤਾ। ਇਹ ਗੇਮ ਹੈ ਜਿਹੜੀ ਬਹੁਤ ਵੱਡੀ ਕਮਾਈ ਜਾਂਦੀ ਹੈ, ਇਹ ਧੋਖਾ ਲੋਕਾਂ ਨੂੰ ਦਿੱਤਾ ਜਾਂਦਾ। ਜਿਹੜਾ ਉਂਝ ਗੀਤ ਆ ਬਹੁਤ ਚੰਗਾ ਕੋਈ ਹੋਵੇ ਸੁਣਿਆ ਜਾਣ ਵਾਲਾ, ਉਹ ਲੱਖਾਂ ਤੋਂ ਨਹੀਂ ਟੱਪਦਾ, ਉੱਥੇ ਕੁ ਰਹਿ ਜਾਂਦਾ। ਇਹ ਜਿਹੜੀ ਕਮਾਈ ਆ ਇਹ ਯੂਟਿਊਬ ਤੋਂ ਕਰਦੇ ਨੇ, ਔਰ ਉਹ ਯੂਟਿਊਬ ਦੀਆਂ ਲਾਈਕਸ ਕਿਵੇਂ ਆਉਂਦੀਆਂ ਨੇ ਇਹ ਸਭ ਨੂੰ ਪਤਾ। ਪਰਦੇ ਦੇ ਪਿੱਛੇ ਵਾਲੀਆਂ ਜਿਹੜੀਆਂ ਉਹ ਕਹਾਣੀਆਂ ਹੋਰ ਨੇ। ਜਿਹੜਾ ਇਹਨੇ ਨਵਾਂ ਗੀਤ ਗਾਇਆ ਇਹ ਜਿਹੜਾ ਬਲੀ ਦਾ ਬੱਕਰਾ, ਉਹਦੇ ਵਿੱਚ ਉਹ ਗਾਲਾਂ ਕੱਢ ਰਿਹਾ ਸਾਰਿਆਂ ਨੂੰ, ਸਿੱਧੀਆਂ ਗਾਲਾਂ ਦੇ ਰੂਪ ਦੇ ਵਿੱਚ ਆ। ਈਵਨ ਅਖੀਰ ਦੇ ਵਿੱਚ ਤਾਂ ਜਿਹੜੇ ਲਫ਼ਜ਼ ਆਪਾਂ ਏਅਰ ਦੇ ਉੱਤੇ ਵਰਤ ਹੀ ਨਹੀਂ ਸਕਦੇ,
ਉਹ ਲਫ਼ਜ਼ ਇਹਨੇ ਗਾਣੇ ਦੇ ਵਿੱਚ ਪਾਏ ਹੋਏ ਆ ਔਰ ਉਹਦੇ ਵਿੱਚ ਸਾਰਿਆਂ ਨੂੰ ਗਦਾਰ ਦੱਸ ਰਿਹਾ ਹੁਣ ਕਾਂਗਰਸ ਦੇ ਵੱਲੋਂ ਤੂੰ ਚੋਣ ਲੜਿਆ ਜੇ ਬੀਬੀ ਖਾਲੜਾ ਹਾਰੇ ਨੇ ਤੇ ਤੂੰ ਆਪਣੇ ਆਪ ਨਾਲ ਕੰਪੇਅਰ ਕਿਵੇਂ ਕਰ ਰਿਹਾ ਜੇ ਸਿਮਰਜੀਤ ਸਿੰਘ ਮਾਨ ਵਾਰ ਵਾਰ ਚੋਣ ਹਾਰੇ ਨੇ ਤੂੰ ਆਪਣੇ ਆਪ ਨਾਲ ਕੰਪੇਅਰ ਕਿਵੇਂ ਕਰ ਰਿਹਾ ਸੰਜੇ ਦੱਤ ਦੇ ਉੱਤੇ ਗੀਤ ਆਇਆ ਜਿਹੜਾ ਸੰਜੇ ਦੱਤ ਹੋਰਾਂ ਦਾ ਜਿਹੜਾ ਇੱਕ ਮੁਕੱਦਮਾ ਸੀਗਾ AK-56 ਵਾਲਾ ਉਹ ਇੱਕ ਗਾਣਾ ਇਹ ਕੱਢ ਰਿਹਾ ਕਿ ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ ਇਹਦੇ ਉੱਤੇ ਤਾਂ ਕੇਸ ਉਦਾਂ ਦਾ ਹੈ ਨਹੀਂ ਗਾ ਜਿਹੜਾ ਇਹ ਗੀਤ ਗਾ ਰਿਹਾ ਸੀਗਾ ਪਰ ਸਵਾਲ ਇਹ ਆ ਕਿ ਕਿੰਨੀ ਦੇਰ ਇਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਬਰਦਾਸ਼ਤ ਕਰੀ ਜਾਓਗੇ ਕਿੰਨੀ ਕੁ ਦੇਰ ਤੁਸੀਂ ਉਹਨਾਂ ਤੋਂ ਗਾਲਾਂ ਸੁਣੀ ਜਾਓਗੇ ਮਾਨਸੇ ਵਾਲੇ ਜਿਹੜੇ ਜਿਹਨਾਂ ਦੇ ਬਾਰੇ ਇਹ ਕਹਿੰਦਾ ਸੀਗਾ ਵੀ ਬਾਈ ਬਾਈ ਕਹਿੰਦੇ ਆ ਸਾਰੇ ਇਹ ਵੀ ਕਹੀ ਜਾਂਦਾ ਸੀਗਾ ਕਿ ਐਵੇਂ ਆਈਸ਼ਰ ਤੇ ਕੱਪੜਾ ਮਾਰੀ ਜਾਂਦੇ ਹੋ ਇੱਧਰ 9-11 ਖੜਾ ਜਿੱਦਣ ਚੋਣਾਂ ਦੇ ਨਤੀਜੇ ਆਏ ਆ ਤੁਸੀਂ ਦੇਖਿਆ ਹੋਣਾ ਮਾਨਸਾ ਵਾਲਿਆਂ ਨੇ ਆਈਸ਼ਰ ਦੇ ਮਗਰ ਪਾ ਕੇ 9-11 ਉਹਨੂੰ ਖਿੱਚੀ ਫਿਰਦੇ ਸੀਗੇ ਬਿਲਕੁਲ ਉਹ ਆਪਣੇ ਤਰੀਕੇ ਦੇ ਨਾਲ ਜਿਹੜਾ ਜਸ਼ਨ ਮਨਾ ਰਹੇ ਸੀਗੇ ਨਤੀਜਿਆਂ ਦਾ ਹੁਣ ਇਹ ਕੰਟਰੋਵਰਸੀ ਵੱਡੀ ਹੋ ਗਈ ਅੱਜ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਇਹ ਗੱਲ ਕਹੀ ਪ੍ਰੈਸ ਕਾਨਫਰੰਸ ਕਰਕੇ ਕਿ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਕਾਂਗਰਸ ਜਵਾਬ ਦੇਵੇ ਕਿ ਉਹਨੇ ਸਾਰਿਆਂ ਨੂੰ ਗਦਾਰ ਕਿਵੇਂ ਕਹਿ ਦਿੱਤਾ ਉਹ ਜਿਹੜੇ ਪੰਜਾਬੀ ਨੇ ਉਹਨਾਂ ਸਾਰਿਆਂ ਨੂੰ ਕਿਵੇਂ ਭੰਡ ਰਿਹਾ ਕਿਵੇਂ ਉਹਨਾਂ ਨੂੰ ਗਾਲਾਂ ਵਰਗੀ ਭਾਸ਼ਾ ਵਰਤ ਰਿਹਾ ਅਜੇ ਕਾਂਗਰਸ ਦਾ ਇਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ ਪਰ ਇਹ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਇਮਚੋਰ ਲੋਕਾਂ ਨੂੰ ਸਿਆਸਤ ਦੇ ਵਿੱਚ ਲੈ ਕੇ ਆਓਗੇ ਜਿਹਨੂੰ ਪਤਾ ਹੀ ਨਹੀਂ ਕਿ ਕੀ ਬੋਲਣਾ ਕੀ ਕਰਨਾ ਉਹ ਹੰਕਾਰ ਦੇ ਨਾਲ ਭਰਿਆ ਹੋਇਆ ਜਾਂ ਉਹ ਇਹ ਸਮਝਦਾ ਕਿ ਮੇਰੇ ਤੋਂ ਸਿਆਣਾ ਕੋਈ ਨਹੀਂ ਗਾ ਕਿਉਂਕਿ ਇੰਨਾ ਪੈਸਾ ਲੋੜ ਤੋਂ ਪਹਿਲਾਂ ਆ ਜਾਣਾ ਸੌਖਾ ਆ ਜਾਣਾ ਦਿਮਾਗ ਖਰਾਬ ਕਰ ਦਿੰਦਾ ਉਹ ਦਿਮਾਗ ਖਰਾਬ ਕੀਤਾ ਹੋਇਆ ਇਹਦਾ ਹੁਣ ਜਿਹੜਾ ਇਹ ਮਾਮਲਾ ਬਣ ਗਿਆ ਪੋਲੀਟੀਕਲ ਇੱਕ ਕਿਸਮ ਦੇ ਨਾਲ ਕਿਉਂਕਿ ਕਾਂਗਰਸ ਦੇ ਵੱਲੋਂ ਉਹ ਚੋਣ ਲੜਿਆ ਔਰ ਚੋਣ ਲੜ ਕੇ ਕਾਂਗਰਸੀ ਤਾਂ ਹੈਗਾ ਨਾ ਕਾਂਗਰਸ ਦੇ ਵਿੱਚ ਸ਼ਾਮਿਲ ਹੋਇਆ ਜਦੋਂ ਬਾਕੀਆਂ ਨੂੰ ਸਾਰਿਆਂ ਨੂੰ ਗਾਲਾਂ ਕੱਢ ਰਿਹਾ ਤੇ ਦੂਜੀਆਂ ਪਾਰਟੀਆਂ ਨੇ ਤੇ ਚੁੱਕਣਾ ਹੀ ਆ ਜੀ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗੂਰੀ ਇਹਨੂੰ ਸ਼ਾਮਿਲ ਕਰਵਾਉਣ ਦੇ ਵਾਸਤੇ ਲੈ ਕੇ ਆਏ ਸੀ ਰਾਜਾ ਵੜਿੰਗੂਰਾਂ ਦਾ ਵੱਡਾ ਰੋਲ ਸੀ ਇਹਨੂੰ ਸ਼ਾਮਿਲ ਕਰਵਾਉਣ ਦੇ ਵਾਸਤੇ ਕਾਂਗਰਸ ਨੂੰ ਜਾਪਦਾ ਸੀਗਾ ਕਿ ਜਿਹੜੇ ਇਹਦੇ ਏਡੀ ਵੱਡੀ ਗਿਣਤੀ ਦੇ ਵਿੱਚ ਫੈਨ ਨੇ ਸਿੱਧੂ ਮੂਸੇਵਾਲੇ ਨੂੰ ਪੂਰੇ ਪੰਜਾਬ ਦੇ ਵਿੱਚ ਲਿਜਾਵਾਂਗੇ ਚੋਣ ਪ੍ਰਚਾਰ ਕਰਾਵਾਂਗੇ ਸਿੱਧੂ ਮੂਸੇਵਾਲਾ ਆਪਣੀ ਸੀਟ ਦੇ ਉੱਤੇ ਹੀ ਫਸ ਗਿਆ ਔਰ ਉਹ ਆਪਣੇ ਆਪ ਨੂੰ 9-11 ਆਪ ਹੀ ਦੱਸੀ ਗਿਆ ਬਾਕੀ ਸਾਰਿਆਂ ਨੂੰ ਆਈਸ਼ਰ ਦੱਸੀ ਗਿਆ ਆਈਸ਼ਰ ਵੀ ਆਫਟਰ ਆਲ ਹੈ ਤਾਂ ਟਰੈਕਟਰ ਹੀ ਇਹ ਕਿਹਾ ਜਾਂਦਾ ਕਿ ਖਿੱਚਣ ਵਾਲੇ ਮਾਮਲੇ ਦੇ ਵਿੱਚ ਜਿਹੜੀ ਚੀਜ਼ ਖਿੱਚੀ ਜਾਂਦੀ ਹੈ ਤਵੀਆਂ ਖਿੱਚੀਆਂ ਜਾਂਦੀਆਂ ਨੇ ਟਰਾਲੀ ਖਿੱਚੀ ਜਾਂਦੀ ਆ ਸੁਹਾਗਾ ਖਿੱਚਿਆ ਜਾਂਦਾ ਕਿਰਾਇਆ ਖਿੱਚਿਆ ਜਾਂਦਾ ਖਿੱਚਣ ਵਾਲੇ ਮਾਮਲੇ ਦੇ ਵਿੱਚ ਉਹ ਟਰੈਕਟਰ ਤਕੜਾ ਇਹ ਜ਼ਰੂਰੀ ਨਹੀਂ ਗਾ ਕਿ ਵੱਡਾ ਹਾਰਸ ਪਾਵਰ ਵਾਲਾ ਟਰੈਕਟਰ ਹੀ ਕੋਈ ਹੋਵੇ ਔਰ ਦੂਸਰੀ ਗੱਲ ਹੈ ਕਿ ਤਸ਼ਮੀਹਾਂ ਜਾਂ ਡੰਗਰਾਂ ਦੇ ਨਾਲ ਜਾਂ ਟਰੈਕਟਰਾਂ ਦੇ ਨਾਲ ਆਪਣੇ ਆਪ ਨੂੰ ਇਹ ਹੈਰਾਨਗੀ ਵਾਲੀ ਜਿਹੜੀ ਉਹ ਗੱਲ ਹੈ ਇਹ ਕੰਟਰੋਵਰਸ਼ੀਅਲ ਗਾਇਕ ਇਹ ਵਿਵਾਦਿਤ ਗਾਇਕ ਇੱਕ ਵਾਰੀ ਫਿਰ ਵਿਵਾਦਾਂ ਦੇ ਵਿੱਚ ਘਿਰ ਗਿਆ ਹੁਣ ਜਿਹੜੇ ਪਰਚੇ ਇਹਦੇ ਉੱਤੇ ਪਹਿਲਾਂ ਪਏ ਸੀਗੇ ਜਿਹੜੇ ਟੋਏ ਗਨ ਕਹਿ ਕੇ ਇਹਨੇ ਪੁਲਿਸ ਨੇ ਠੰਡੇ ਬਸਤੇ 'ਚ ਪਾ ਦਿੱਤੇ ਸੀਗੇ ਉਹ ਦੁਬਾਰਾ ਫਿਰ ਨਿਕਲਣਗੇ ਹਾਈ ਕੋਰਟ ਦੇ ਉਸ ਮਾਮਲੇ ਦੇ ਉੱਤੇ ਹੁਕਮ ਹੈ ਇੰਨਾ ਜ਼ਿਆਦਾ ਵੇਰਿਆ ਹੋਇਆ ਜਾਂ ਇੰਨਾ ਜ਼ਿਆਦਾ ਹੰਕਾਰਿਆ ਹੋਇਆ ਕਿ ਜਿਹੜਾ ਬਰਨਾਲੇ ਵਾਲਾ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਇਹਨੇ ਜ਼ਮਾਨਤ ਤੱਕ ਨਹੀਂ ਲਈ ਔਰ ਪੁਲਿਸ ਨੇ ਇਹਨੂੰ ਅਰੈਸਟ ਤੱਕ ਨਹੀਂ ਕੀਤਾ ਮਤਲਬ ਕਿ ਟੱਚ ਜਾਣਦਾ ਉਹ ਕਾਨੂੰਨ ਨੂੰ ਵੀ ਟੱਚ ਜਾਣਦਾ ਤਾਂ ਹੀ ਕਰਕੇ ਤਾਂ ਉਹ ਆਪਣੇ ਆਪ ਨੂੰ ਕਹਿੰਦਾ ਕਿ ਜਿਹੜਾ ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ ਇਹ ਕੀ ਕੰਪੈਰੀਜ਼ਨ ਹੈ ਸੰਜੇ ਦੱਤ ਹੋਰਾਂ ਦੇ ਪਰਿਵਾਰ ਨੂੰ ਪੁੱਛ ਕੇ ਤਾਂ ਦੇਖੋ ਕਿਹੜੀਆਂ ਹਾਲਾਤਾਂ ਦੇ ਵਿੱਚੋਂ ਸੰਜੇ ਦੱਤ ਨਿਕਲਿਆ ਪਰ ਗੱਲ ਇਹ ਆ ਕਿ ਜਿਹੜਾ ਮੂੰਹ ਪੈ ਜਾਣਾ ਨਾ ਉਹ ਇਹਨੂੰ ਕਹਿੰਦੇ ਆ ਇਹਦਾ ਮੂੰਹ ਪਿਆ ਹੋਇਆ ਹਰੇਕ ਬੰਦੇ ਦੇ ਵਾਸਤੇ ਇਹ ਕੁਛ ਨਾ ਕੁਛ ਬੋਲਦਾ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਕਦੇ ਕਿਸੇ ਗਾਣੇ ਦੇ ਵਿੱਚ ਕਿਸੇ ਪੱਤਰਕਾਰ ਦੇ ਬਾਰੇ ਦੇ ਵਿੱਚ ਬੋਲ ਦਿੰਦਾ ਕਦੇ ਕਿਸੇ ਗਾਣੇ ਦੇ ਵਿੱਚ ਕੁਛ ਬੋਲ ਦਿੰਦਾ ਆਹ ਹੁਣ ਨਵੀਂ ਜਿਹੜੀ ਆ ਜੀ ਉਹ ਚੀਜ਼ ਬੋਲ ਕੇ ਸਾਰਿਆਂ ਨੂੰ ਹੀ ਗਦਾਰ ਦੱਸੀ ਜਾਂਦਾ ਤੇ ਅਖੀਰ ਦੇ ਵਿੱਚ ਜਿਹੜੀਆਂ ਉਹ ਗਾਲਾਂ ਵੀ ਕੱਢੀ ਜਾਂਦਾ ਔਰ ਉਹ ਗਾਲਾਂ ਉਹ ਨੇ ਜਿਹੜੀਆਂ ਕਿਵੇਂ ਕੋਈ ਸੁਣ ਸਕਦਾ ਜੀ ਕੋਈ ਵੀ ਪੰਜਾਬੀ ਜੇ ਸੁਣ ਰਿਹਾ ਤੇ ਉਹ ਕਿਵੇਂ ਉਹਨੂੰ ਸੁਣ ਸਕਦਾ ਉਹ ਸਾਰਿਆਂ ਨੂੰ ਇੱਕੋ ਰਸਤੇ ਜਿਹੜਾ ਉਹ ਬਣ ਰਿਹਾ ਮੈਨੂੰ ਇਹ ਲੱਗਦਾ ਕਿ ਇਹ ਵਿਵਾਦ ਜਿਹੜਾ ਉਹਨੂੰ ਵਾਹਵਾ ਭਾਰਾ ਪੈਣ ਵਾਲਾ ਜੀ
ਪੰਨੂ ਸਾਹਿਬ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ ਨੂੰ ਮੂੰਹ ਪੈ ਗਿਆ, ਪਰ ਉਹਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਸਾਡੇ ਪ੍ਰਦੇਸ਼ ਦਾ ਭਵਿੱਖ ਭਾਈ ਤੈਨੂੰ ਸੁਣਦਾ ਹੈ, ਤੈਨੂੰ ਫੋਲੋ ਕਰਦਾ, ਤੈਨੂੰ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ। ਥੋੜ੍ਹਾ ਬਹੁਤਾ ਇਹੋ ਜਿਹੀ ਗਾਇਕੀ ਨੌਜਵਾਨਾਂ ਨੂੰ ਦਿਓ ਕਿ ਸਾਡੇ ਪੰਜਾਬ ਦਾ, ਸਾਡੇ ਪ੍ਰਦੇਸ਼ ਦਾ, ਸਾਡੇ ਦੇਸ਼ ਦਾ ਕੁਝ ਸਵਾਰ ਸਕਣ। ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੋਵਾਂਗੇ। ਬ੍ਰੇਕ ਤੋਂ ਬਾਅਦ ਸੱਚੀਆਂ ਅਤੇ ਖਰੀਆਂ ਪੰਨੂ ਦੀਆਂ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਮੱਤੇਵਾੜਾ ਦੇ ਜੰਗਲਾਂ ਦੀ ਗੱਲ ਕਰਦੇ ਹਾਂ। ਪਹਿਲਾਂ ਵੀ ਕਈ ਵਾਰੀ ਇਹਨਾਂ ਜੰਗਲਾਂ ਨੂੰ ਲੈ ਕੇ ਰੌਲਾ ਪੈ ਚੁੱਕਾ, ਅਤੇ ਹੁਣ NGT ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨ ਜਿਹੜੀ ਆ ਉਹ ਕਾਫੀ ਸਖਤ ਹੋ ਗਈ ਹੈ, ਕਹਿੰਦੇ ਪਟੀਸ਼ਨ ਪਾਤੀ ਹੈ। ਕੀ ਹੈ ਜੀ ਪੂਰਾ ਮਾਮਲਾ? ਮੱਤੇਵਾੜਾ ਜੰਗਲ ਦੇ ਵਾਸਤੇ ਮੈਂ ਵੀ ਜੁੜਿਆ ਰਿਹਾ ਜੀ ਉਸ ਟੀਮ ਦੇ ਨਾਲ, ਜਿੱਥੇ ਇਹਨਾਂ ਜੰਗਲ ਨੂੰ ਬਚਾਉਣ ਦੇ ਵਾਸਤੇ ਅਸੀਂ ਜਾ ਕੇ ਮੋਰਚਾ ਵੀ ਲਾਇਆ ਸੀਗਾ। ਇੱਕ ਚਿਪਕੋ ਅੰਦੋਲਨ ਦਾ ਜ਼ਿਕਰ ਕਿਸੇ ਵੇਲੇ ਪੜ੍ਹਨਾ ਤੁਸੀਂ ਗੂਗਲ ਦੇ ਸਰਚ ਦੇ ਉੱਤੇ ਜਾ ਕੇ, ਇਹ ਉੱਤਰਾਖੰਡ ਝਾਰਖੰਡ ਦੇ ਏਰੀਏ ਦੇ ਵਿੱਚ ਚਿਪਕੋ ਅੰਦੋਲਨ ਹੋਇਆ ਸੀ। ਔਰਤਾਂ ਰੁੱਖਾਂ ਨੂੰ ਚੰਬੜ ਗਈਆਂ ਸਨ ਔਰ ਉਸ ਅੰਦੋਲਨ ਨੇ ਵਿਸ਼ਵ ਭਰ ਦੇ ਵਿੱਚ ਨਾਮਣਾ ਖੱਟਿਆ ਸੀ। ਉਹ ਕਹਿੰਦੀਆਂ ਸੀ ਵੀ ਨੇ ਸਾਡੇ ਬਜ਼ੁਰਗ ਨੇ ਜਾਂ ਸਾਡੇ ਪੁੱਤ ਨੇ ਰੁੱਖ, ਅਸੀਂ ਰੁੱਖ ਵੱਢਣ ਨਹੀਂ ਦੇਣੇ। ਕਪੂਰਥਲੇ ਤੋਂ ਸੁਲਤਾਨਪੁਰ ਲੋਧੀ ਨੂੰ ਜਾਂਦੀ ਸੜਕ ਚੌੜੀ ਹੋ ਰਹੀ ਆ। ਮੈਂ ਕੱਲ੍ਹ ਹੀ ਪੜ੍ਹ ਰਿਹਾ ਸੀਗਾ ਰੁੱਖ ਵੱਢ ਵੱਢ ਕੇ ਸਾਰੇ ਸੁੱਟੇ ਜਾ ਰਹੇ ਨੇ, 100-100 ਸਾਲ ਪੁਰਾਣੇ ਰੁੱਖ ਵੱਢੇ ਜਾ ਰਹੇ ਨੇ। ਪਤਾ ਨਹੀਂ ਸਾਡੇ ਦਿਮਾਗ ਨੂੰ ਕੀ ਚੜ੍ਹ ਗਿਆ ਹੋਇਆ ਆਮ ਲੋਕਾਂ ਦੇ, ਸਰਕਾਰਾਂ ਦੇ। ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਵੀ ਇੱਕ ਨਿੰਬੂ ਦਾ ਬੂਟਾ ਲਾਉਣ ਜੋਗੇ ਨਹੀਂ ਰਹਿ ਗਏ ਅਸੀਂ। 300 ਰੁਪਈਏ ਕਿਲੋ ਨਿੰਬੂ ਹੋ ਗਿਆ ਅਤੇ ਅਸੀਂ ਉਹ ਅੜਾਟ ਪਾਉਂਦੇ ਫਿਰਦੇ ਹਾਂ ਬਾਹਰ, ਨਿੰਬੂਆਂ ਦੇ ਬੂਟੇ ਤੱਕ ਜਿਹੜੇ ਉਹ ਪੱਟ ਦਿੱਤੇ ਹੋਏ ਆ। ਅਸੀਂ ਸਾਡਾ ਵੇਸਲਾਪਣ 21% ਦੇ ਕਰੀਬ ਜਿਹੜਾ ਉਹ ਜੰਗਲਾਤ ਚਾਹੀਦਾ। ਪੰਜਾਬ ਦੇ ਵਿੱਚ 6% ਵੀ ਜੰਗਲਾਤ ਨਹੀਂ ਰਹਿ ਗਿਆ। ਨਵੇਂ ਬਣੇ ਹਾਈਵੇਜ਼ ਦੇ ਉੱਤੇ ਨਿਗਾਹ ਮਾਰਨੀ ਅਤੇ ਫਿਰ ਵੇਖਣਾ ਕਿ ਭਲਾ ਦੂਰ ਦੂਰ ਤੱਕ ਤੁਹਾਨੂੰ ਬੂਟੇ ਦਿੰਦੇ ਆ। ਚਾਹੇ ਬਠਿੰਡਾ ਜ਼ੀਰਕਪੁਰ ਹਾਈਵੇ ਦੇਖ ਲੈਣਾ, ਬਠਿੰਡਾ ਅੰਮ੍ਰਿਤਸਰ ਹਾਈਵੇ ਦੇਖ ਲੈਣਾ, ਬਰਨਾਲੇ ਤੋਂ ਮੋਗੇ ਨੂੰ ਹਾਈਵੇ ਜਾਂਦਾ ਉਹ ਦੇਖ ਲੈਣਾ, ਕੋਈ ਬੂਟਿਆਂ ਦਾ ਨਾਮੋ ਨਿਸ਼ਾਨ ਨਹੀਂ ਹੈਗਾ। ਈਵਨ ਜੇ ਤੁਸੀਂ ਨਾਲ ਲੱਗਵੇਂ ਸੂਬੇ ਹਰਿਆਣੇ ਦੇ ਵਿੱਚ ਚਲੇ ਜਾਂਦੇ, ਚਲੋ ਹਿਮਾਚਲ ਦੇ ਵਿੱਚ ਤਾਂ ਗ੍ਰੀਨਰੀ ਹੈ ਹੀ ਬਹੁਤ ਹੈ, ਹਰਿਆਣੇ ਦੇ ਵਿੱਚ ਵੀ ਤੁਹਾਨੂੰ ਪੰਜਾਬ ਨਾਲੋਂ ਵੱਧ ਬੂਟੇ ਮਿਲਣਗੇ। ਅੱਗੇ ਤੋਂ ਅੱਗੇ ਜਿਵੇਂ ਤੁਰੇ ਜਾਂਦੇ ਹੋ ਗ੍ਰੀਨਰੀ ਤੁਹਾਨੂੰ ਵੱਧ ਮਿਲਦੀ ਹੈ। ਈਵਨ ਰਾਜਸਥਾਨ ਦੇ ਵਿੱਚ ਬਹੁਤ ਸਾਰੇ ਏਰੀਆਜ਼ ਦੇ ਵਿੱਚ ਤੁਹਾਨੂੰ ਜ਼ਿਆਦਾ ਪੰਜਾਬ ਦੇ ਨਾਲੋਂ ਗ੍ਰੀਨਰੀ ਮਿਲੂਗੀ। ਸਾਡਾ ਇੱਥੇ ਬੂਟਿਆਂ ਦੇ ਦੁਆਲੇ ਹੀ ਅਸੀਂ ਹੋ ਗਏ। ਹੁਣ ਤੁਸੀਂ ਦੇਖੋ ਕਿੰਨੀ ਤੰਗੀ ਦੇ ਵਿੱਚੋਂ ਲੰਘ ਰਹੇ ਸਾਰੇ, ਗਰਮੀ ਕਿੰਨੀ ਜ਼ਿਆਦਾ ਪੈ ਗਈ, ਕਣਕਾਂ ਦੇ ਉੱਤੇ ਉਹਦਾ ਅਸਰ ਹੋ ਗਿਆ। ਇਹ ਕਲਾਈਮੇਟ ਚੇਂਜ ਹੋ ਰਿਹਾ, ਕਿਉਂ ਚੇਂਜ ਹੋ ਰਿਹਾ? ਕਿਉਂਕਿ ਮਨੁੱਖ ਦੀਆਂ ਗਲਤੀਆਂ ਜਿਹੜੀਆਂ ਨੇ ਉਹ ਮਨੁੱਖ ਨੂੰ ਲੈ ਕੇ ਬਹਿ ਜਾਣਗੀਆਂ ਕਿਸੇ ਵੇਲੇ। ਮੱਤੇਵਾੜਾ ਜੰਗਲ ਜਿਹੜਾ ਸੀਗਾ ਇਹਨੂੰ ਜਿਹੜਾ ਪਿਛਲੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀਗੀ, ਉਹਨੇ ਉਦਯੋਗਿਕ ਪਾਰਕ ਬਣਾਉਣ ਦੇ ਵਾਸਤੇ ਇਸ ਜ਼ਮੀਨ ਨੂੰ ਅਕਵਾਇਰ ਕੀਤਾ ਸੀਗਾ। ਜਦੋਂ 2002 ਤੋਂ ਲੈ ਕੇ 7 ਤੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ, ਇਹਨਾਂ ਨੇ ਉਸ ਟਾਈਮ ਵੀ ਇਸੇ ਤਰੀਕੇ ਦੇ ਨਾਲ ਜ਼ਮੀਨਾਂ ਜਿਹੜੀਆਂ ਉਹ ਅਕਵਾਇਰ ਕੀਤੀਆਂ ਸੀਗੀਆਂ ਔਰ ਇਹ ਕਿਹਾ ਸੀਗਾ ਕਿ ਅਸੀਂ ਇੰਡਸਟਰੀਅਲ ਪਾਰਕ ਜਿਹੜੇ ਉਹ ਬਣਾਉਣੇ ਆ। ਉਦੋਂ ਅਕਵਾਇਰ ਕੀਤੀਆਂ ਜ਼ਮੀਨਾਂ ਦੇ ਵਿੱਚ ਕਿੰਨੀ ਇੰਡਸਟਰੀ ਆ ਕੇ ਲੱਗੀ, ਤੁਸੀਂ ਕਾਗਜ਼ਾਂ 'ਚ ਲੱਭਣਾ ਨਾ ਕੱਖ ਵੀ ਨਹੀਂ। ਸਮਾਂ ਪਾ ਕੇ ਇਹ ਜਿਹੜੇ ਕਾਰਪੋਰੇਟ ਅਦਾਰੇ ਨੇ ਉਹਨਾਂ ਜ਼ਮੀਨਾਂ ਨੂੰ ਪਲਾਟਾਂ ਦੇ ਵਿੱਚ ਵੇਚ ਦਿੰਦੇ ਆ, ਕਿਹੜੀ ਇੰਡਸਟਰੀ ਲੱਗਣੀ ਆ। ਔਰ ਇਹ ਜਿਹੜੀ ਇੰਡਸਟਰੀ ਦੀ ਗੱਲ, ਉਦਯੋਗਿਕ ਪਾਰਕਾਂ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੀ ਸੀ, ਇਹਦੇ ਵਿੱਚ ਇਹ ਮੱਤੇਵਾੜਾ ਜੰਗਲ ਵੀ ਆ ਗਿਆ ਔਰ ਉਦੋਂ ਲੋਕਾਂ ਨੇ ਬੜਾ ਵਿਰੋਧ ਕੀਤਾ ਉੱਥੇ ਜਾ ਕੇ। ਔਰ ਜਿਹੜੀ ਪਿੰਡਾਂ ਦੀਆਂ ਪੰਚਾਇਤਾਂ ਸੀਗੀਆਂ ਉਹਨਾਂ ਨੇ ਜਿਹੜਾ ਮਤੇ ਪਾਏ ਇਹਦਾ ਵਿਰੋਧ ਕੀਤਾ। ਇਹ ਕਿਹਾ ਗਿਆ ਜੀ ਕਿ ਪਹਿਲਾਂ ਪੰਚਾਇਤਾਂ ਨੇ ਲਿਖ ਕੇ ਦੇ ਦਿੱਤਾ, ਹੁਣ ਪਹਿਲਾਂ ਅਨਪੜ੍ਹ ਪੰਚਾਇਤ ਸੀਗੀ ਉੱਥੋਂ ਦੀ ਸਰਪੰਚ ਜਿਹੜੀ, ਉਹਨੇ ਲਿਖ ਕੇ ਦੇ ਦਿੱਤਾ, ਉਹਦਾ ਨਜਾਇਜ਼ ਫਾਇਦਾ ਲੈ ਲਿਆ ਇਹਨਾਂ ਨੇ। ਨਜਾਇਜ਼ ਫਾਇਦਾ ਇਸ ਤਰੀਕੇ ਨਾਲ ਲੈ ਲਿਆ ਕਿ ਉਹਦੇ ਤੋਂ ਸਾਈਨ ਕਰਵਾ ਲਏ ਅਤੇ ਉਹ ਜ਼ਮੀਨ ਜਿਹੜੀ ਸੀ ਉਹ ਲਗਭਗ ਹੜੱਪ ਚੱਲੇ ਸੀ। ਜਦੋਂ ਇਹ ਮਾਮਲਾ ਜਿਹੜਾ ਉਹ ਵਗਣਾ ਸ਼ੁਰੂ ਹੋ ਗਿਆ ਅਤੇ ਹਾਈ ਕੋਰਟ ਦੇ ਵਿੱਚ ਇੱਕ ਵਕੀਲ ਨੇ HC ਅਰੋੜਾ, ਵਨ ਮੈਨ ਆਰਮੀ ਨੇ, ਉਹ ਇਹੋ ਜਿਹੇ ਮੁੱਦਿਆਂ ਦੇ ਉੱਤੇ ਹਮੇਸ਼ਾ ਪਹਿਲ ਦੇ ਆਧਾਰ ਦੇ ਉੱਤੇ ਉਹ ਮੂਹਰੇ ਹੋ ਕੇ ਇਸ ਲੜਾਈ ਨੂੰ ਲੜਦੇ ਨੇ। ਵੈਸੇ ਲਗਭਗ ਰਿਟਾਇਰਡ ਲਾਈਫ ਦੇ ਨੇੜੇ ਨੇ, ਪਰ ਗ੍ਰੀਨਰੀ ਨੂੰ ਲੈ ਕੇ, ਇਨਵਾਇਰਮੈਂਟ ਨੂੰ ਲੈ ਕੇ ਛੋਟੀ ਜਿਹੀ ਗੱਲ ਦੇ ਉੱਤੇ ਉਸੇ ਵੇਲੇ ਨਾਲ ਦੀ ਨਾਲ ਉਹਨਾਂ ਤੱਕ ਮੈਸੇਜ ਪਹੁੰਚਣਾ ਚਾਹੀਦਾ, ਉਹ ਅਗਲੀ ਕਾਰਵਾਈ ਆਰੰਭ ਦਿੰਦੇ ਆ।
ਇੱਥੇ ਸਾਡੇ ਪਟਿਆਲੇ ਦੇ ਵਿੱਚ ਪੁਰਾਣੇ ਰੁੱਖ ਨੇ 22 ਨੰਬਰ ਫਾਟਕ ਦੇ ਉੱਤੇ ਉਹਨਾਂ ਨੂੰ ਵਧਾਉਣ ਦੇ ਵਾਸਤੇ ਜਿਹੜੇ ਦੁਕਾਨਾਂ ਵਾਲੇ ਉਹ ਤਿਆਰ ਹੋ ਗਏ ਸੀ। ਉਦੋਂ ਉਹਨਾਂ ਦੀਆਂ ਫੋਟੋਆਂ ਮੈਂ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾਈਆਂ। ਅਰੋੜਾ ਸਾਹਿਬ ਨੇ ਨਾਲ ਦੀ ਨਾਲ ਉਹਦਾ ਨੋਟਿਸ ਲਿਆ ਅਤੇ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਤੀ। ਉਹ ਰੁੱਖ ਸਾਰੇ ਬਚਾ ਲਏ ਅਸੀਂ, ਵੱਡੇ ਰੁੱਖ ਨੇ, ਨਹੀਂ ਤਾਂ ਸਾਰੇ ਉਹ ਵੱਢ ਦਿੰਦੇ ਜੀ। ਸਾਡੇ ਦੁਕਾਨਾਂ 'ਚ ਕਹਿੰਦੇ ਅੜਿੱਕਾ ਪਾਉਂਦੇ ਨੇ। ਰੁੱਖ ਜ਼ਿੰਦਗੀ ਦੇ ਵਿੱਚ ਕਿਤੇ ਅੜਿੱਕਾ ਨਹੀਂ ਪਾ ਸਕਦੇ। ਰੁੱਖ ਤਾਂ ਤੁਹਾਨੂੰ ਆਕਸੀਜਨ ਦਿੰਦੇ ਨੇ। ਪਿੱਪਲ ਬੋਰਡ ਵਰਗੇ ਰੁੱਖ ਜਿਹੜੇ ਨੇ ਰਹੇ ਕਿੰਨੇ ਨੇ ਜਿਹੜੇ 24 ਘੰਟੇ ਤੁਹਾਨੂੰ ਆਕਸੀਜਨ ਦਿੰਦੇ ਆ। ਮੱਤੇਵਾੜਾ ਜੰਗਲ ਦੇ ਮਾਮਲੇ ਦੇ ਵਿੱਚ ਹੁਣ ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹਦੀ ਟੀਮ ਇੱਥੇ ਆਈ ਹੋਈ ਆ ਔਰ ਇਹਦੇ ਵਿੱਚ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਨੋਡਲ ਆਫੀਸਰ ਨਿਯੁਕਤ ਕਰ ਦਿੱਤਾ। ਐਨਜੀਟੀ ਨੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਗਲਾਡਾ ਡਿਪਟੀ ਕਮਿਸ਼ਨਰ ਡਿਵੀਜ਼ਨਲ ਫਾਰੈਸਟ ਆਫੀਸਰ ਉਹਨਾਂ ਨੂੰ 2 ਮਹੀਨਿਆਂ ਦੇ ਵਿੱਚ ਤੱਤ ਇਕੱਠੇ ਕਰਕੇ ਪੂਰੀ ਰਿਪੋਰਟ ਦੇਣ ਦੇ ਵਾਸਤੇ ਇਸ ਮੱਤੇਵਾੜਾ ਜੰਗਲ ਦੇ ਵਾਸਤੇ ਕਿਹਾ ਗਿਆ ਔਰ ਇਹ ਕਿਹਾ ਗਿਆ ਕਿ ਜਦੋਂ ਐਨਜੀਟੀ ਦੇ ਹੁਕਮ ਸੀਗੇ ਉਹਦੇ ਬਾਵਜੂਦ ਮਾਸਟਰ ਪਲਾਨ ਨੂੰ ਬਦਲ ਕੇ ਨੋਟੀਫਾਈ ਕਿਵੇਂ ਕਰ ਦਿੱਤਾ ਗਿਆ। ਇਹ ਜ਼ਮੀਨਾਂ ਤਾਂ ਦੇ ਦੇਣੀਆਂ ਸੀਗੀਆਂ ਲਗਭਗ, ਜੇ ਲੋਕ ਨਾ ਬੋਲਦੇ। ਕੁਛ ਵਾਤਾਵਰਨ ਦੇ ਵਾਸਤੇ ਬੋਲਣ ਵਾਲੇ ਲੋਕ ਮੱਤੇਵਾੜਾ ਦੇ ਜੰਗਲ ਦੇ ਵਿੱਚ ਜਾ ਕੇ ਨਾ ਖੜ ਜਾਂਦੇ। ਐਕਚੁਅਲੀ ਇਹ ਜਿਹੜਾ ਉਦਯੋਗਿਕ ਪਾਰਕ ਬਣਾਉਣ ਦੇ ਵਾਸਤੇ ਸਤਲੁਜ ਦੇ ਨਾਲ ਲੱਗਵੀਂ ਜ਼ਮੀਨ ਦਿੱਤੀ ਜਾ ਰਹੀ ਸੀ। ਇਹਦਾ ਮੇਨ ਮਕਸਦ ਇਹੀ ਸੀ, ਜਿਹੜੀ ਛੋਟੀ ਮੋਟੀ ਇੰਡਸਟਰੀ ਲੱਗੂਗੀ ਗੰਦ ਚੁੱਕ ਕੇ ਸਾਰਾ ਨਾਲ ਦੀ ਨਾਲ ਸਤਲੁਜ ਦਰਿਆ ਦੇ ਵਿੱਚ ਸੁੱਟ ਦੇਊਗੀ। ਜਿਹੜਾ ਇਹ ਏਰੀਆ ਉਦਯੋਗਿਕ ਪਲਾਂਟ ਬਣਾਉਣ ਦੇ ਵਾਸਤੇ ਦੇ ਦਿੱਤਾ ਗਿਆ, ਇਹ ਜਿਹੜਾ ਏਰੀਆ ਸੀਗਾ ਇਹ ਹੜ੍ਹਾਂ ਨੂੰ ਹੜ੍ਹਾਂ ਤੋਂ ਬਚਾਉਣ ਦੇ ਵਾਸਤੇ ਦਰਿਆ ਦਾ ਆਪ ਕ੍ਰੀਏਟ ਕੀਤਾ ਗਿਆ ਏਰੀਆ ਹੁੰਦਾ। ਔਰ ਜੇ ਮੰਨ ਲਓ ਇੱਥੇ ਇੰਡਸਟਰੀ ਲੱਗ ਜਾਂਦੀ ਆ, ਜਿਹੜਾ ਕੁਦਰਤੀ ਬਹਾਓ ਆ ਤੁਸੀਂ ਤਾਂ ਉਹਦੇ ਵਿੱਚ ਅੜਿੱਕਾ ਪਾਉਣ ਲੱਗ ਗਏ, ਤੁਸੀਂ ਤਾਂ ਕੁਦਰਤ ਦੇ ਕੰਮਾਂ ਦੇ ਵਿੱਚ ਦਖਲ ਦੇਣ ਲੱਗ ਗਏ। ਕਿਸੇ ਨੇ ਦੇਖਿਆ ਹੀ ਨਾ ਕਿ ਇਹ ਲੁਧਿਆਣਾ ਦੇ ਨੇੜੇ ਸਤਲੁਜ ਦਰਿਆ ਦੇ ਵਿੱਚ ਇਹਨੂੰ ਫਲੱਡ ਏਰੀਆ ਜਿਹੜਾ ਉਹ ਕਹਿੰਦੇ ਆ। ਇਹਦੀ ਚੌੜਾਈ 11 ਕਿਲੋਮੀਟਰ ਜਿਹੜੀ ਪੂਰਬ ਦੇ ਵਿੱਚ ਅਤੇ ਪੱਛਮ ਦੇ ਵਿੱਚ 5 ਕਿਲੋਮੀਟਰ ਤੱਕ ਹੈ। ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਕੁਛ ਮਹੀਨੇ ਪਹਿਲਾਂ ਆਪਣੇ ਪੇਜ ਦੇ ਉੱਤੇ, ਉਹ ਵੀਡੀਓ ਇਹਦੇ ਉੱਤੇ ਬਣਾਈ ਹੋਈ ਸੀਗੀ ਪ੍ਰੋਪਰ ਪ੍ਰੋਫੈਸ਼ਨਲੀ ਕਿ ਇਹ ਇਹ ਏਰੀਆ ਕੀ ਆ, ਇਹ ਕਿਵੇਂ ਕ੍ਰੀਏਟ ਹੁੰਦਾ, ਇਹਨੂੰ ਨੇਚਰ ਕ੍ਰੀਏਟ ਕਰਦੀ ਹੈ। ਔਰ 100 ਸਾਲਾਂ ਦੇ ਵਿੱਚ ਇੱਕ ਵਾਰੀ ਵੱਡੇ ਹੜ੍ਹ ਆਉਂਦੇ ਆ ਅਤੇ ਜਦੋਂ ਜਿੱਥੇ ਇਹ ਏਰੀਆ ਹੁੰਦਾ ਇਹ ਫਿਰ ਆਮ ਲੋਕਾਂ ਦੇ ਵਾਸਤੇ ਉਹਨਾਂ ਨੂੰ ਬਚਾਓ ਕਰਦਾ, ਉੱਥੇ ਇਹ ਪਾਣੀ ਇਕੱਤਰ ਹੋ ਜਾਂਦਾ। ਇਹ ਜਿਹੜਾ ਏਰੀਆ ਸੀ ਪੂਰੇ ਦਾ ਪੂਰਾ ਇਸ ਉਦਯੋਗਿਕ ਜਿਹੜੀ ਬਣਾਈ ਜਾ ਰਹੇ ਪਾਰਕ ਸੀਗੇ ਉਹਨੂੰ ਦੇ ਦਿੱਤਾ ਗਿਆ। ਮਤਲਬ ਕਿ ਦਰਿਆਵਾਂ ਤੱਕ ਵੇਚ ਗਏ ਜੀ, ਰੇਤਾ ਤਾਂ ਵੇਚ ਰਹੇ ਆ, ਦਰਿਆ ਤੱਕ ਜਿਹੜੇ ਸੀਗੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਕਿਸਮ ਦੇ ਨਾਲ ਵੇਚ ਦਿੱਤੇ। ਔਰ ਵਾਤਾਵਰਨ ਪ੍ਰੇਮੀਆਂ ਦਾ ਸਵਾਲ ਇਹ ਸੀਗਾ ਕਿ ਤੁਸੀਂ ਇਹਨੂੰ ਕਿਵੇਂ ਵੇਚ ਸਕਦੇ ਹੋ। ਜਦੋਂ ਐਚਸੀ ਅਰੋੜਾ ਹੋਰਾਂ ਨੇ ਇਹ ਮਾਮਲਾ ਉਠਾਇਆ ਇਹਨਾਂ ਵਾਤਾਵਰਨ ਪ੍ਰੇਮੀਆਂ ਦੇ ਕਹੇ ਦੇ ਉੱਤੇ, ਤਾਂ ਹੁਣ ਐਨਜੀਟੀ ਨੇ ਇੱਕ ਟੀਮ ਬਣਾ ਦਿੱਤੀ। 2 ਮਹੀਨਿਆਂ ਦੇ ਵਿੱਚ ਇਹਦੀ ਰਿਪੋਰਟ ਜਿਹੜੀ ਆ ਉਹ ਮੰਗੀ ਆ। ਪਬਲਿਕ ਐਕਸ਼ਨ ਕਮੇਟੀ ਜਿਹੜੀ ਆ ਉਹਨੇ ਇਹ ਗੱਲ ਕਹੀ ਆ ਕਿ ਸਾਨੂੰ ਪੂਰਾ ਯਕੀਨ ਹੈ ਕਿ ਪੂਰੀ ਟੀਮ ਜਿਹੜੀ ਆ ਉਹਦੇ ਯਤਨ ਜਿਹੜੇ ਕੀਤੇ ਜਾ ਰਹੇ ਆ ਉਹਦੇ ਚੰਗੇ ਨਤੀਜੇ ਨਿਕਲਣਗੇ। ਮੱਤੇਵਾੜਾ ਪ੍ਰੋਜੈਕਟ ਪੰਜਾਬ ਸਰਕਾਰ ਦੇ ਵੱਲੋਂ ਰੱਦ ਕੀਤਾ ਜਾਣਾ ਚਾਹੀਦਾ ਤੁਰੰਤ, ਬਿਨਾਂ ਕਿਸੇ ਹੀਲ ਹੁੱਜਤ ਦੇ, ਬਜਾਏ ਇਹਦੇ ਕਿ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹ ਕੋਈ ਫੈਸਲਾ ਦੇਵੇ ਇਹ ਉਦੋਂ ਪਹਿਲਾਂ ਕਿਉਂ ਨਹੀਂ ਜਿਹੜਾ ਰੱਦ ਕਰ ਦਿੱਤਾ ਜਾਂਦਾ। ਔਰ ਇਹ ਜਦੋਂ ਪਹਿਲਾਂ ਜ਼ਮੀਨਾਂ 2002 ਤੋਂ ਲੈ ਕੇ 7 ਤੱਕ ਕੀਤੀਆਂ ਸੀ ਉਹ ਸੀਗੀਆਂ ਸੇਜ ਦੇ ਤਹਿਤ, ਸਪੈਸ਼ਲ ਇਕਨੋਮਿਕ ਜ਼ੋਨ। ਔਰ ਜਦੋਂ ਐਰਕੀ ਕੈਪਟਨ ਸਾਹਿਬ ਆਏ ਉਹਨਾਂ ਦੀ ਨਿਗਾਹ ਪੰਚਾਇਤੀ ਜ਼ਮੀਨਾਂ ਦੇ ਉੱਤੇ ਪੈ ਗਈ ਕਿ ਪੰਚਾਇਤੀ ਜ਼ਮੀਨਾਂ ਨੂੰ ਅਸੀਂ ਹੜੱਪਣਾ ਕਿਵੇਂ ਆ। ਉਹਨਾਂ ਨੂੰ ਹੜੱਪਣ ਦੇ ਵਾਸਤੇ ਇਹ ਕੱਢਿਆ ਗਿਆ ਜੀ ਕਿ ਅਸੀਂ ਉਦਯੋਗਿਕ ਜਿਹੜੀਆਂ ਇਕਾਈਆਂ ਨੇ ਉਹ ਲਾਉਣੀਆਂ ਨੇ। ਸੇਜ ਵਾਲਾ ਸਾਰੀ ਤੁਸੀਂ ਡਿਟੇਲ ਕੱਢ ਲੈਣੀ, ਮੈਂ ਇਹਦੇ ਉੱਤੇ ਬਹੁਤ ਕੰਮ ਕੀਤਾ ਹੋਇਆ ਸਪੈਸ਼ਲ ਇਕਨੋਮਿਕ ਜ਼ੋਨ ਵਾਲੇ ਮਾਮਲੇ ਦੇ ਉੱਤੇ, ਦੱਸਣਾ ਕਿੱਥੇ ਸਪੈਸ਼ਲ ਇਕਨੋਮਿਕ ਜ਼ੋਨ ਬਣੇ ਆ, ਉਹ ਕਿੱਥੇ ਗਈਆਂ ਜ਼ਮੀਨਾਂ ਜਿਹੜੀਆਂ 2002 ਤੋਂ ਲੈ ਕੇ 7 ਦੇ ਦੌਰਾਨ ਲੋਕਾਂ ਦੀਆਂ ਲਈਆਂ ਗਈਆਂ ਸੀ। ਇਹ ਜ਼ਮੀਨ ਵੀ ਜਿਹੜੀਆਂ ਨੇ ਜਿਹੜੇ ਜਿੰਨੇ ਵੀ ਉਦਯੋਗਿਕ ਪਲਾਂਟ ਨੇ, ਇੱਥੇ ਸਾਡੇ ਪਾਰਕ ਬਣਨਾ ਸੀਗਾ ਰਾਜਪੁਰਾ ਦੇ ਨੇੜੇ, ਉੱਥੇ ਬਹੁਤੇ ਪਿੰਡਾਂ ਦੀ ਜਿਹੜੀ ਜ਼ਮੀਨ ਆਈ ਆ ਉਹਨਾਂ ਦੇ ਪੈਸੇ ਆ ਗਏ, ਪੈਸੇ ਅਕਾਊਂਟ 'ਚ ਆ ਗਏ ਅਤੇ ਉਹਨੇ ਉਸ ਪੈਸੇ ਨੂੰ ਜਿਹੜਾ ਸਾਬਕਾ ਹੁਣ ਹੋ ਗਿਆ MLA ਆ ਉਹਨੇ ਇਸ ਤਰੀਕੇ ਦੇ ਨਾਲ ਖੁਰਦ ਬੁਰਦ ਕਰ ਦਿੱਤਾ ਕਿ ਉਹ ਜ਼ਮੀਨਾਂ ਦੀ ਪ੍ਰੋਪਰਟੀ ਜਿਹੜੀ ਸੀ ਉਹ ਵਿਚਾਰੇ ਨੰਗ ਪੁੰਗ ਹੋ ਕੇ ਰਹਿ ਗਏ। ਉਹ ਜੇਕਰ ਪੈਸੇ ਪਿੰਡਾਂ ਦੇ ਉੱਤੇ ਲੱਗਦੇ, ਪਿੰਡਾਂ ਦੀ ਡਿਵੈਲਪਮੈਂਟ ਹੋਣੀ ਸੀਗੀ, ਕੋਈ ਡਿਵੈਲਪਮੈਂਟ ਦਾ ਫਿਕਰ ਨਹੀਂ, ਸਿਰਫ ਆਪਣੀਆਂ ਜੇਬਾਂ ਭਰਨ ਦੇ ਵਾਸਤੇ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਗਿਆ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਧੰਨਵਾਦ ਹੈ ਇਸ ਪੱਖੋਂ, ਐਚ ਸੀ ਅਰੋੜਾ ਹੋਰਾਂ ਦਾ ਧੰਨਵਾਦ ਹੈ ਜਿਹੜੇ, ਔਰ ਜਸਕੀਰਤ ਸਿੰਘ ਹੋਰੀ, ਕੁਲਦੀਪ ਸਿੰਘ ਨੇ, ਜਾਂ ਇੱਥੋਂ ਫਰੀਦਕੋਟ ਤੋਂ ਨੇ ਜਿਹੜੇ ਮੇਰੇ ਮਿੱਤਰ ਉਹ ਹੋ ਗਏ, ਚਾਹੇ ਇਹ ਜਿਹੜੇ ਸਾਰੇ ਦੇ ਸਾਰੇ ਅੱਜ ਵੀ ਲੜ ਰਹੇ ਨੇ ਇਸ ਚੀਜ਼ ਦੇ ਵਾਸਤੇ ਕਿ ਕਿਸੇ ਤਰੀਕੇ ਦੇ ਨਾਲ ਇਹ ਏਰੀਆ ਕੁਛ ਜਿਹੜਾ ਜੀ ਉਹ ਬਚ ਜਾਵੇ। ਔਰ ਬਚੂਗਾ ਜਾਂ ਨਹੀਂ ਇਹ ਤਾਂ ਆਉਂਦੇ ਦਿਨ ਦੱਸਣਗੇ, ਕਿਉਂਕਿ ਗੱਲ ਇਹ ਹੈ ਕਿ ਜਿਹੜਾ ਮਾਲੀ ਹੈ ਨਾ ਉਹ ਉਹੀ ਉਜਾੜਨ ਦੇ ਉੱਤੇ ਤੁਰ ਪਿਆ ਹੋਇਆ। ਇਹ ਚੀਜ਼ਾਂ ਦੇ ਵਾਸਤੇ ਅਸਲ ਦੇ ਵਿੱਚ ਸੱਤਾਧਾਰੀਆਂ ਨੇ ਲੜਨਾ ਹੁੰਦਾ, ਜਿਹਨਾਂ ਨੂੰ ਲੋਕਾਂ ਨੇ ਕੁਰਸੀਆਂ 'ਤੇ ਬਿਠਾਇਆ ਹੁੰਦਾ, ਪਰ ਉਹ ਕੁਰਸੀਆਂ ਦੇ ਉੱਤੇ ਜਦੋਂ ਬੈਠਦੇ ਨੇ ਤਾਂ ਸਭ ਤੋਂ ਪਹਿਲਾਂ ਲੋਕਾਂ ਦਾ ਉਜਾੜਾ ਹੀ ਕਰਦੇ ਨੇ। ਸੋਚ ਕੇ ਵੀ ਕਈ ਵਾਰੀ ਡਰ ਲੱਗਦਾ ਹੈ ਕਿ ਰੁੱਖਾਂ ਤੋਂ ਬਿਨਾਂ, ਪਾਣੀ ਤੋਂ ਬਿਨਾਂ ਕੀ ਜ਼ਿੰਦਗੀ ਹੋਊਗੀ, ਫਿਰ ਇਹ ਲੋਕ ਪੈਸੇ ਲੈ ਕੇ ਕਿੱਥੇ ਚਲੇ ਜਾਣਗੇ। ਬਿਲਕੁਲ ਸਹੀ ਕਿਹਾ ਤੁਸੀਂ ਕਿ ਉਲਟੀ ਵਾੜ ਖੇਤ ਨੂੰ ਖਾ ਰਹੀ ਹੈ, ਕਿਵੇਂ ਬਚਾਅ ਹੋਏਗਾ ਇਸ ਬਾਰੇ ਸੱਚਮੁੱਚ ਸੰਜੀਦਗੀ ਦੇ ਨਾਲ ਸੋਚਣ ਦੀ ਲੋੜ ਹੈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ, ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪਨੂ ਸਾਹਿਬ, ਜੇ ਪੰਜਾਬ ਦੇ ਪਾਣੀ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਆਪਾਂ ਇੱਕ ਰਿਪੋਰਟ ਬਾਰੇ ਗੱਲ ਕੀਤੀ ਸੀ ਕਿ ਪੰਜਾਬ ਦੇ ਕੋਲ 17 ਕੁ ਸਾਲ ਜ਼ਿੰਦਾ ਰਹਿਣ ਲਈ ਪਾਣੀ ਬਚਿਆ ਅਤੇ ਧਰਤੀ ਹੇਠਲਾ ਪਾਣੀ ਘੱਟ ਗਿਆ ਅਤੇ ਜਿਹੜੇ ਕਿਸਾਨ ਆ ਝੋਨਾ ਲਾਉਣੋਂ ਹਟਦੇ ਨਹੀਂ, ਫਸਲੀ ਵਿਭਿੰਨਤਾ ਬਾਰੇ ਉਹਨਾਂ ਨੂੰ ਬਹੁਤੀ ਜਾਣਕਾਰੀ ਨਹੀਂ। ਦੂਜੇ ਪਾਸੇ ਜੇ ਹਰਿਆਣੇ ਦੀ ਗੱਲ ਕਰੀਏ ਤਾਂ ਰਾਜਨੀਤਿਕ ਮੁੱਦਾ ਜਾਂ ਤੂਲ ਵੀ ਕਾਫੀ ਫੜੀ ਹੋਈ ਹੈ ਅਤੇ ਹਰਿਆਣੇ ਦੇ ਨਾਲ ਪਾਣੀ ਦਾ ਚੱਲ ਰਿਹਾ ਵਿਵਾਦ, ਕਿੰਝ ਵੇਖਦੇ ਹੋ ਜੀ? ਐਕਚੁਲੀ ਇੱਕ ਵਾਰੀ ਫਿਰ ਜਿਹੜਾ ਚੰਡੀਗੜ੍ਹ ਦੇ ਮਸਲੇ ਦੇ ਨਾਲ ਦੁਬਾਰਾ ਤੋਂ ਫਿਰ ਐਸ ਵਾਈ ਐਲ ਦਾ ਮੁੱਦਾ ਭਖਿਆ, ਔਰ ਜਦੋਂ ਐਸ ਵਾਈ ਐਲ ਬਣਨੀ ਸ਼ੁਰੂ ਹੋਈ ਸੀ ਉਦੋਂ ਦੇ ਵਿੱਚ ਅਤੇ ਅੱਜ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕੁਛ ਲੋਕ ਕਹਿੰਦੇ ਆ ਕਿ ਐਸ ਵਾਈ ਐਲ ਦੁਬਾਰਾ ਬਣ ਜੂਗੀ, ਐਸ ਵਾਈ ਐਲ ਦੁਬਾਰਾ ਨਹੀਂ ਬਣੂਗੀ, ਇਹ ਸਭ ਨੂੰ ਪਤਾ, ਕਿਉਂਕਿ ਉਹ ਲਾਈਫ ਲਾਈਨ ਹੈ ਪੰਜਾਬ ਦੀ, ਜੇ ਉਹ ਨਿਕਲਦੀ ਆ ਤਾਂ ਲਾਈਫ ਲਾਈਨ ਤਬਾਹ ਹੁੰਦੀ ਹੈ। ਔਰ ਇਹ ਨਹੀਂ ਹੈਗਾ ਕਿ ਕੋਈ ਰਾਤੋ ਰਾਤ ਬਣਾ ਕੇ ਨਹਿਰ 'ਤੇ ਪਾਣੀ ਕੱਢ ਕੇ ਜਿਹੜਾ ਉਹ ਲੈ ਜੂਗਾ, ਇਸ ਤਰ੍ਹਾਂ ਨਹੀਂ ਆ। ਇਹ ਠੀਕ ਹੈ, ਲੋੜਾਂ ਜਿਹੜੀਆਂ ਨੇ ਉਹ ਸਭ ਦੀਆਂ ਨੇ, ਪਰ ਜਿਹੜਾ ਰਾਈਪੇਰੀਅਨ ਕਾਨੂੰਨ ਹੈ, ਇੰਟਰਨੈਸ਼ਨਲ ਕਾਨੂੰਨ ਹੈ, ਉਹ ਇਹ ਕਹਿੰਦਾ ਜਿਹੜੀ ਧਰਤੀ ਤੋਂ ਦਰਿਆ ਨਿਕਲਦੇ ਨੇ ਉਹਦਾ ਹੱਕ ਪਹਿਲਾਂ, ਉਸ ਤੋਂ ਬਾਅਦ ਜੇ ਉਹਦੇ ਕੋਲ ਫਾਲਤੂ ਪਾਣੀ ਹੈ ਤਾਂ ਉਹ ਅੱਗੇ ਦੇ ਸਕਦਾ, ਅੱਗੇ ਦੇਣ ਦੇ ਵਾਸਤੇ ਵੀ ਉਹ ਫ੍ਰੀ ਦਿੰਦਾ, ਫ੍ਰੀ ਕਿਉਂ ਦੇਵੇ ਇਹ ਵੱਡੇ ਸਵਾਲ ਨੇ। ਖੈਰ ਉਸ ਪਾਸੇ ਨਾ ਜਾਂਦਿਆਂ ਆਪਾਂ ਥੋੜ੍ਹੀ ਜਿਹੀ ਗੱਲ ਜਿਹੜੀ ਆ ਉਹ ਕਰਦੇ ਹਾਂ ਕਿ ਹਾਲਾਤ ਜਿਹੜੇ ਉਹ ਕੀ ਨੇ ਪੰਜਾਬ ਅਤੇ ਹਰਿਆਣਾ ਦੇ। ਪੰਜਾਬ ਦੀ ਜਿਹੜੀ ਆਬਾਦੀ ਆ ਉਹ ਕੋਈ 2,77,00,000 ਹੈ, 2.75 ਕਰੋੜ, 23 ਜ਼ਿਲ੍ਹੇ ਨੇ। ਹਰਿਆਣਾ ਵੀ ਲਗਭਗ ਨੇੜੇ ਤੇੜੇ ਆ ਚੱਲਿਆ, 2,53,00,000 ਆਬਾਦੀ ਆ, 22 ਜ਼ਿਲ੍ਹੇ ਨੇ। ਪੰਜਾਬ ਦਾ ਇੱਕ ਨਵਾਂ ਜ਼ਿਲ੍ਹਾ ਮਲੇਰਕੋਟਲਾ ਪਿਛਲੇ ਦਿਨਾਂ ਦੇ ਵਿੱਚ ਬਣਿਆ, ਪਹਿਲਾਂ 22-22 ਜ਼ਿਲ੍ਹੇ ਹੀ ਸੀਗੇ। ਪੰਜਾਬ ਨੂੰ 526,00,000 ਏਕੜ ਫੁੱਟ ਪਾਣੀ ਦੀ ਲੋੜ ਹੈ, ਹਰਿਆਣੇ ਨੂੰ 200,00,000 ਏਕੜ ਫੁੱਟ ਪਾਣੀ ਦੀ ਲੋੜ ਹੈ। ਪਾਣੀ ਜਿਹੜਾ ਜਿਹੜੇ ਮੌਜੂਦ ਆ ਹਰਿਆਣੇ ਦੇ ਵਿੱਚ ਉਹ 143,00,000 ਏਕੜ ਫੀਟ ਮੌਜੂਦ ਹੈ, ਸਾਲਾਨਾ ਪਾਣੀ ਦੀ ਕਮੀ ਹੈਗੀ 57,00,000, ਔਰ ਪੰਜਾਬ ਦੇ ਵਿੱਚ 490,00,000 ਏਕੜ ਫੁੱਟ ਪਾਣੀ ਮੌਜੂਦ ਹੈ, ਸਾਲਾਨਾ ਕਮੀ ਜਿਹੜੀ ਆ ਉਹ 36,00,000 ਏਕੜ ਫੁੱਟ ਦੀ ਹੈਗੀ ਹੈ। ਮਤਲਬ ਕਿ ਪੰਜਾਬ ਜਿਹੜਾ ਦਰਿਆਵਾਂ ਦੇ ਨਾਂ ਦੇ ਉੱਤੇ ਧਰਤੀ ਆ, ਉੱਥੇ ਵੀ ਪਾਣੀ ਦੀ ਜਿਹੜੀ ਉਹ ਕਮੀ ਹੈ। ਜਦੋਂ ਨਹਿਰੀ ਪਾਣੀ ਜਿਹੜਾ ਸੀਗਾ ਉਹ ਘਟਣਾ ਸ਼ੁਰੂ ਹੋ ਗਿਆ, ਇੱਕ ਪਾਲਿਸੀ ਦੇ ਤਹਿਤ ਨਹਿਰਾਂ ਦੇ ਵਿਚਲਾ ਪਾਣੀ ਜਿਹੜਾ ਸੀ ਉਹ ਘੱਟ ਕਰ ਦਿੱਤਾ, ਕਿਸੇ ਟਾਈਮ ਨਹਿਰਾਂ ਦੇ ਪਾਣੀ ਦੇ ਨਾਲ ਹੀ ਬਹੁਤੀ ਜ਼ਮੀਨ ਸਿੰਜੀ ਜਾਂਦੀ ਸੀ, ਅਤੇ ਫਿਰ ਸ਼ੁਰੂ ਹੋਇਆ ਧਰਤੀ ਹੇਠੋਂ ਪਾਣੀ ਜਿਹੜਾ ਉਹ ਕੱਢਣ ਦਾ ਸਿਲਸਿਲਾ। ਇੰਨੀ ਤੇਜ਼ੀ ਦੇ ਨਾਲ ਜਿਹੜਾ ਇਹ ਪਾਣੀ ਕੱਢਿਆ ਜਾਣ ਲੱਗਿਆ ਕਿ ਅਸੀਂ ਖਤਰਨਾਕ ਸਥਿਤੀ ਤੱਕ ਪਹੁੰਚ ਗਏ। ਇਹਦੇ ਵਿੱਚ ਝੋਨੇ ਦਾ ਬਹੁਤ ਵੱਡਾ ਜਿਹੜਾ ਉਹ ਰੋਲ ਹੈ। ਜਿਹੜਾ ਇਹ ਕਿਹਾ ਜਾ ਰਿਹਾ ਕਿ ਸਾਲਾਨਾ ਜਿਹੜਾ ਕੋਈ 3.5 ਫੁੱਟ ਪਾਣੀ ਧਰਤੀ ਦੇ ਜਿਹੜਾ ਉਹ ਹੇਠਾਂ ਤੁਰਿਆ ਜਾ ਰਿਹਾ, ਔਰ ਜਿਹੜੇ ਪਾਣੀ ਦੇ ਬਲਾਕਸ ਨੇ, ਡਾਰਕ ਜ਼ੋਨ ਨੇ, ਉਹ 112 ਨੇ, 134 ਫੁੱਟ ਪਾਣੀ ਥੱਲੇ ਚਲੇ ਗਿਆ ਹੋਇਆ, ਔਰ ਕੁੱਲ ਜਿਹੜੇ ਪਾਣੀ ਦੇ ਬਲਾਕਸ ਨੇ ਉਹ 147 ਨੇ। ਜੇ ਨਹਿਰੀ ਪਾਣੀ ਦੀ ਗੱਲ ਕਰੀਏ ਤਾਂ ਨਹਿਰੀ ਪਾਣੀ ਦੀ ਵਰਤੋਂ 28% ਹਰਿਆਣਾ ਕਰਦਾ, 46% ਉਹਦੇ ਕੋਲ ਘਾਟ ਹੈ। ਟਿਊਬਵੈੱਲ ਜਿਹੜੇ ਨੇ ਉਹ 8.5 ਲੱਖ ਨੇ ਹਰਿਆਣੇ ਦੇ ਵਿੱਚ,
14 लाख ਉਹਨੂੰ ਜਿਹੜੇ ਉਹ ਚਾਹੀਦੇ ਨੇ। ਤੋਂ ਜੇ ਆਪਾਂ ਦੋਨਾਂ ਰਾਜਾਂ ਨੂੰ ਜਿਹੜਾ ਉਹ ਕਰੀਏ 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਦਾ ਹਰਿਆਣੇ ਦੀ ਵੰਡ ਹੁੰਦੀ ਆ, ਹਰਿਆਣੇ ਨੇ ਇੱਕ ਦਿਨ ਵੀ ਐਜੀਟੇਸ਼ਨ ਨਹੀਂ ਕੀਤੀ ਉਹਦੇ ਉੱਤੇ ਵੱਖਰਾ ਸੂਬਾ ਲੈਣ ਦੇ ਵਾਸਤੇ, ਉਹਨੂੰ ਚੁੱਪ ਚਪੀਤੇ ਮਿਲ ਗਿਆ। ਉਹ ਚਾਹੇ ਪਾਣੀ ਵਾਲਾ ਹਿੱਸਾ ਹੈ ਤੇ ਚਾਹੇ ਉਹ ਚੰਡੀਗੜ੍ਹ ਵਾਲਾ ਹਿੱਸਾ ਹੈ, ਉਹਨੂੰ ਬੈਠੇ ਬਿਠਾਏ ਦੇ ਦਿੱਤਾ। ਇਹ ਇੱਕ ਅਜਿਹੀ ਸਾਜ਼ਿਸ਼ ਸੀਗੀ ਜਿਹਦੇ ਵਿੱਚ ਅਕਾਲੀ ਦਲ ਵੀ ਸ਼ਾਮਿਲ ਰਿਹਾ, ਕਿਉਂਕਿ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਵਾਸਤੇ ਸੋ ਕਾਲਡ ਸੰਘਰਸ਼ ਕੀਤਾ, ਸੂਬੇ ਨੂੰ ਤੋੜਨ ਦੇ ਵਾਸਤੇ, ਸੂਬੇ ਨੂੰ ਛੋਟਾ ਕਰਨ ਦੇ ਵਾਸਤੇ ਸੂਬੀ ਬਣਾ ਲਈ ਨਿੱਕੀ ਜੀ। ਉਹਦੇ ਨਾਲ ਸਮੱਸਿਆ ਕੀ ਪੈਦਾ ਹੋਣਗੀਆਂ ਇਹਦੇ ਉੱਤੇ ਕਦੇ ਵਿਚਾਰ ਨਾ ਕੀਤਾ। ਉਹਨਾਂ ਨੂੰ ਇਹ ਲੱਗਿਆ ਪੰਜਾਬੀ ਸੂਬਾ ਬਣ ਜੂਗਾ, ਉਹਦੇ ਵਿੱਚ ਸਿੱਖਾਂ ਦੀਆਂ ਵੋਟਾਂ ਇੰਨੀਆਂ ਹੋਣਗੀਆਂ, ਸਾਡੇ ਤੋਂ ਕਦੀ ਸੱਤਾ ਲਾਂਭੇ ਨਹੀਂ ਜਾਊਗੀ। ਸਿਰਫ ਇਸ ਚੀਜ਼ ਨੂੰ ਸਾਹਮਣੇ ਰੱਖ ਕੇ ਇਹ ਸੂਬੀ ਜਿਹੜੀ ਸੀ ਉਹ ਕ੍ਰੀਏਟ ਕਰ ਲਈ ਗਈ। 1 ਨਵੰਬਰ 1966 ਨੂੰ ਹਰਿਆਣੇ ਦੇ ਜਿਹੜੇ ਵੰਡ ਤੋਂ ਬਾਅਦ 14 ਵਾਰੀ ਇਹ ਰਾਜਨੀਤਿਕ ਮੁੱਦਾ ਬਣ ਚੁੱਕਾ ਹੈ। ਅੱਜ ਤੱਕ ਮਾਮਲਾ ਜਦੋਂ ਇਹ ਰਾਜਨੀਤਿਕ ਜਿਹੜਾ ਰੂਪ ਅਖਤਿਆਰ ਕਰਦਾ ਹੋਰ ਉਲਝ ਜਾਂਦਾ। 1985 ਦੇ ਵਿੱਚ 24 ਜੁਲਾਈ ਨੂੰ ਉਦੋਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਹਰਚੰਦ ਸਿੰਘ ਲੌਂਗੋਵਾਲ ਜਿਹੜੇ ਅਕਾਲੀ ਦਲ ਦੇ ਉਸ ਵੇਲੇ ਪ੍ਰਧਾਨ ਸਨ, ਉਹਨਾਂ ਦੇ ਵਿੱਚ ਸਮਝੌਤਾ ਹੋਇਆ ਜਿਹਦੇ ਤਹਿਤ ਨਹਿਰ ਬਣਾਉਣ ਨੂੰ ਲੈ ਕੇ ਪੰਜਾਬ ਦੇ ਵੱਲੋਂ ਸਹਿਮਤੀ ਦਿੱਤੀ ਗਈ। ਉਦੋਂ ਪਹਿਲਾਂ ਜੇ ਹੋਰ ਤੁਸੀਂ ਪਿੱਛੇ ਜਾਓ ਤਾਂ ਕਿਉਂਕਿ ਉਦੋਂ ਇੱਕ ਕਪੂਰੀ ਤੋਂ ਮੋਰਚਾ ਸ਼ੁਰੂ ਹੋਇਆ ਸੀ ਜਿਹੜਾ ਬਾਅਦ ਦੇ ਵਿੱਚ ਧਰਮ ਯੁੱਧ ਮੋਰਚੇ ਦਾ ਰੂਪ ਅਖਤਿਆਰ ਕਰਦਾ। ਕਪੂਰੀ ਦੇ ਵਿੱਚ ਟੱਕ ਲਾਉਣ ਆਉਣਾ ਸੀ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਰਾਂ ਨੇ, ਉਹਨਾਂ ਨੂੰ ਸੋਨੇ ਦੀ ਕਹੀ ਤੇ ਚਾਂਦੀ ਦਾ ਬੱਠਲ ਪੇਸ਼ ਕੀਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਉਦੋਂ ਥੋੜ੍ਹਾ ਹੋਰ ਪਛਾਹ ਚੱਲ ਜਾਓ, ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਚੌਧਰੀ ਦੇਵੀ ਲਾਲ ਹੋਰਾਂ ਨੇ ਧੰਨਵਾਦ ਕੀਤਾ ਸੀ ਉਚੇਚੇ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਕਿ ਉਹਨਾਂ ਨੇ SYL ਦੇ ਵਾਸਤੇ ਸਹੀ ਪਾਈ ਆ ਤੇ ਉਦੋਂ 2 ਕਰੋੜ ਰੁਪਈਆ ਦੇਣ ਦੀ ਗੱਲ ਵੀ ਉਹਨਾਂ ਨੇ ਵਿਧਾਨ ਸਭਾ 'ਚ ਆਖੀ ਸੀ। ਜਿਹੜੀ ਜ਼ਮੀਨ ਇਹਨਾਂ ਨੂੰ ਮਿਲੀ ਹਰਿਆਣੇ ਦੇ ਵਿੱਚ ਉਹਦੇ ਵਾਸਤੇ ਵੀ ਕਈ ਕਿਸਮ ਦੀ ਕੰਟਰੋਵਰਸੀ ਚੱਲਦੀ ਰਹਿੰਦੀ ਆ। ਜਦੋਂ ਇਹ ਸਮਝੌਤਾ ਹੋਇਆ 1985 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੇ ਲੌਂਗੋਵਾਲ ਦੀ ਹੱਤਿਆ ਕਰ ਦਿੱਤੀ ਗਈ, 2 ਇੰਜੀਨੀਅਰ ਮਾਰ ਦਿੱਤੇ ਗਏ, 30 ਮਜ਼ਦੂਰ ਮਾਰ ਦਿੱਤੇ ਗਏ ਔਰ ਉਸ ਤੋਂ ਬਾਅਦ ਇਹ ਨਹਿਰ ਦਾ ਕੰਮ ਰੁਕ ਗਿਆ। ਜਦੋਂ 2017 ਦੇ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਜਾਣ ਵਾਲੀ ਸੀ ਤੇ ਉਹਨਾਂ ਨੇ ਇਹ ਕੀਤਾ ਕਿ ਜੀ ਅਸੀਂ ਤਾਂ ਜ਼ਮੀਨਾਂ ਡੀ ਨੋਟੀਫਾਈ ਕਰਤੀਆਂ ਨੇ, ਅਸੀਂ ਕਿਸਾਨਾਂ ਨੂੰ ਜ਼ਮੀਨ ਵਾਪਸ ਦੇ ਦਿੱਤੀ, ਹੁਣ ਤਾਂ SYL ਦਾ ਮੁੱਦਾ ਹੀ ਕੋਈ ਨਹੀਂ ਰਿਹਾ। ਟਰੈਕਟਰ ਤੇ ਮਸ਼ੀਨਾਂ ਲੈ ਗਏ ਉੱਥੇ ਰਾਜਪੁਰੇ ਤੋਂ ਜਦੋਂ ਜਾਈਦਾ ਜ਼ੀਰਕਪੁਰ ਨੂੰ, ਉੱਥੇ ਇਹ ਜਿੱਥੇ ਯੂਨੀਵਰਸਿਟੀ ਹੈ ਉਹਦੇ ਕੋਲੇ ਜਾ ਕੇ ਉੱਥੇ ਪੂਰਨਾ ਸ਼ੁਰੂ ਕਰ ਦਿੱਤਾ। ਇਹ ਕਹਿਤਾ ਕਿ ਅਸੀਂ ਤਾਂ ਇਹ ਨਹਿਰ ਪੂਰ ਦਿੱਤੀ ਔਰ ਨਹਿਰ ਪੂਰੀ ਗਈ ਜਾਂ ਨਹੀਂ, ਨਹਿਰ ਤਾਂ ਜਿੰਨੀ ਕੁ ਪੁੱਟੀ ਸੀ ਉਹ ਬੁਰੇ ਹਾਲਾਤਾਂ ਦੇ ਵਿੱਚ ਹੈ, ਉਹ ਟੁੱਟੀ ਹੋਈ ਆ, ਕੁਝ ਥਾਵਾਂ ਦੇ ਉੱਤੇ ਵਾਹੀ ਵੀ ਆ। ਕਿਸਾਨਾਂ ਨੇ ਡੀ ਨੋਟੀਫਾਈ ਤਾਂ ਹੋਈ ਨਹੀਂ, ਇਹ ਉਹ ਝੂਠ ਹੀ ਬੋਲ ਬਾਲ ਗਏ ਉਦੋਂ। ਹੁਣ ਜਿਹੜਾ ਜ਼ਮੀਨ ਹੇਠਲਾ ਪਾਣੀ ਆ ਜਦੋਂ ਉਹ 300 ਫੁੱਟ ਤੱਕ ਥੱਲੇ ਚਲੇ ਗਿਆ ਤੇ ਇਸ ਵੇਲੇ ਪਾਣੀ ਦੀ ਸਮੱਸਿਆ ਵੱਡੇ ਪੱਧਰ ਦੇ ਉੱਤੇ ਆਉਣੀ ਸ਼ੁਰੂ ਹੋ ਗਈ। ਇਹ ਮੁੱਦਾ ਇਸ ਕਰਕੇ ਇੱਕ ਵਾਰੀ ਦੁਬਾਰਾ ਫੇਰ ਪੱਕ ਪਿਆ। ਹੁਣ ਪੰਜਾਬ ਜਿਹਦਾ ਪਾਣੀ ਇੰਨਾ ਥੱਲੇ ਚਲੇ ਗਿਆ, ਉਹਦੇ ਟਿਊਬਵੈੱਲਾਂ ਵਾਲਾ ਪਾਣੀ ਮੁੱਕਣ ਵਾਲਾ ਔਰ ਉਹਦੇ ਕੋਲੇ ਜ਼ਮੀਨ ਸਿੰਜਣ ਜੋਗਾ ਪਾਣੀ ਨਹੀਂ ਰਹਿਣਾ, ਤੇ ਇਹ ਕਿਵੇਂ ਹੋ ਸਕਦਾ ਕਿ ਇਹ ਉਹ ਇਹ ਕਵੇ ਠੀਕ ਆ ਜੀ ਇੰਨਾ ਕੁ ਹਿੱਸਾ ਹਰਿਆਣੇ ਦਾ ਬਣਦਾ ਤੇ ਹਰਿਆਣੇ ਨੂੰ ਅਸੀਂ ਇਹ ਹਿੱਸਾ ਦੇਣ ਦੇ ਵਾਸਤੇ ਤਿਆਰ ਹਾਂ। ਇਹ ਪੋਸੀਬਲ ਹੀ ਨਹੀਂ ਹੋ ਸਕਦਾ, ਕਿਸੇ ਵੀ ਹਾਲਤ ਦੇ ਵਿੱਚ ਪੋਸੀਬਲ ਨਹੀਂ ਹੋ ਸਕਦਾ। ਜਿਹੜਾ ਪਾਣੀ ਜਾ ਰਿਹਾ ਚਾਹੇ ਉਹ ਰਾਜਸਥਾਨ ਨੂੰ ਜਾਂਦਾ ਚਾਹੇ ਉਹ ਹਰਿਆਣੇ ਨੂੰ ਜਾਂਦਾ, ਹਰਿਆਣਾ ਅੱਗੋਂ ਫਿਰ ਦਿੱਲੀ ਨੂੰ ਉਹ ਪਾਣੀ ਦਿੰਦਾ, ਉਹਦੇ ਰਿਐਲਿਟੀ ਦੇ ਰੂਪ ਦੇ ਵਿੱਚ ਪੰਜਾਬ ਨੂੰ ਕੁਛ ਨਹੀਂ ਮਿਲਦਾ। ਜਿਹੜੀ ਖਾਦ ਹੈ ਉਹ ਰਾਜਸਥਾਨ ਤੋਂ ਆਉਂਦੀ ਹੈ, ਬਹੁਤੀ ਯੂਰੀਆ ਉੱਥੇ ਬਣਦੀ ਆ, ਜਾਂ ਈਵਨ ਕਿਸੇ ਟਾਈਮ ਜਦੋਂ ਜ਼ਮੀਨਾਂ ਬੰਜਰ ਸਨ ਤਾਂ ਜਿਪਸਮ ਉੱਥੋਂ ਆਉਂਦੀ ਹੁੰਦੀ ਸੀਗੀ, ਉਹ ਮਿੱਟੀ ਸੀ ਉੱਥੋਂ ਦੀ, ਉਹ ਵੀ ਮੁੱਲ ਲੈਣੀ ਪੈਂਦੀ ਸੀ। ਕੋਈ ਵੀ ਚੀਜ਼ ਜਿਹੜੀ ਤੁਸੀਂ ਉਸ ਰਾਜ ਦੇ ਵਿੱਚੋਂ ਲੈਂਦੇ ਹੋ ਉਹ ਤੁਸੀਂ ਮੁੱਲ ਲੈਂਦੇ ਹੋ ਤੇ ਉਹਨੂੰ ਜਿਹੜੀ ਚੀਜ਼ ਦੇ ਰਹੇ ਹੋ ਉਹ ਤੁਸੀਂ ਮੁਫ਼ਤ ਦੇ ਰਹੇ ਹੋ। ਇਸ ਕਰਕੇ ਇਹ ਕਿਵੇਂ ਪੋਸੀਬਲ ਹੋ ਸਕਦਾ ਕਿ ਤੁਸੀਂ ਕਿਸੇ ਨੂੰ ਮੁਫ਼ਤ ਜਿਹੜਾ ਉਹ ਦਿੱਤੀ ਤੁਰੇ ਜਾਓ। ਇਸ ਕਰਕੇ ਇਹ ਮਾਮਲਾ ਇਸ ਵੇਲੇ ਫਿਰ ਉਹ ਭਖਿਆ ਔਰ ਹਰਿਆਣੇ ਨੇ ਇਹ ਗੱਲ ਕਹੀ ਆ ਕਿ ਇਹਨੂੰ ਟ੍ਰਿਬਿਊਨਲ ਨੂੰ ਕਿਸੇ ਨੂੰ ਦੇ ਦਿਓ, ਹਾਲਾਂਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਅਧੀਨ ਹੈ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਅਧੀਨ ਕਿਉਂ ਆ? ਉਹ ਇਸ ਕਰਕੇ ਆ ਕਿ 2000
2 ਤੋਂ ਲੈ ਕੇ 7 ਤੱਕ ਦੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੇ ਪਾਣੀਆਂ ਦੇ ਸੰਬੰਧੀ ਸਮਝੌਤੇ ਸੀਗੇ ਉਹ ਰੱਦ ਕਰ ਦਿੱਤੇ ਸੀਗੇ। ਹਾਲਾਂਕਿ ਇਹ ਵੀ ਕਿਹਾ ਜਾਂਦਾ ਕਿ ਉਹਦੇ ਵਿੱਚ ਕੁਝ ਕਲੌਜ਼ ਸਨ, ਇਸ ਤਰ੍ਹਾਂ ਦੇ ਕੁਝ ਮੱਦਾਂ ਸਨ ਅਜਿਹੀਆਂ ਜਿਨ੍ਹਾਂ ਨੂੰ ਜਿਹੜਾ ਉਹ ਰੱਦ ਨਹੀਂ ਸੀ ਕੀਤਾ ਗਿਆ। ਇਸ ਕਰਕੇ ਉਹ ਮਾਮਲਾ ਉੱਥੇ ਦਾ ਉੱਥੇ ਹੀ ਉਹ ਸਟੈਂਡ ਕਰਦਾ। ਕੁਝ ਵੀ ਹੋਵੇ, ਇਹ ਮਾਮਲਾ ਇੱਕ ਵਾਰੀ ਫੇਰ ਉੱਭਰਿਆ ਹੋਇਆ ਚੰਡੀਗੜ੍ਹ ਦੀ ਵਜ੍ਹਾ ਕਰਕੇ। ਨਾਲ ਦੀ ਨਾਲ ਹਰਿਆਣੇ ਨੇ SYL ਦਾ ਮੁੱਦਾ ਜਿਹੜਾ ਉਹ ਉਭਾਰ ਲਿਆ ਕਿ ਜੀ ਹੁਣ ਛੇਤੀ ਦੇਣੀ ਤੁਸੀਂ SYL ਜਿਹੜੀ ਆ ਉਹ ਕੱਢ ਲਓ। ਜੇ ਤੁਹਾਨੂੰ ਯਾਦ ਹੋਵੇ ਤਾਂ ਹਰਿਆਣੇ ਨੇ ਇੱਕ ਉੱਚੀ ਨਹਿਰ ਹਾਂਸੀ ਬਟਾਣਾ ਪੱਟ ਲਈ, ਉਹ ਪੂਰੀ ਦੀ ਪੂਰੀ ਬਣਾ ਲਈ। ਇਹ ਕਹਿਤਾ ਕਿ ਅਸੀਂ ਇੱਧਰੋਂ ਪਾਣੀ ਜਿਹੜਾ ਦੀ ਇਸ ਨਹਿਰ ਦੇ ਵਿੱਚ ਪਾ ਲਾਂਗੇ, ਤੁਸੀਂ ਕਿਵੇਂ ਪਾ ਲਓਗੇ ਪਾਣੀ ਜਿਹੜਾ ਦੀ। ਇਸ ਕਰਕੇ ਸਿਆਸਤ ਜਿਹੜੀ ਆ ਉਹਨਾਂ ਦੀ, ਉਹ ਸਿਆਸਤ ਜਿਉਂਦੀ ਰਹੇ, ਕੁਰਸੀਆਂ ਇਹਨਾਂ ਦੀਆਂ ਬਣੀਆਂ ਰਹਿਣ, ਉਹਦੇ ਕਰਕੇ ਅਜਿਹੇ ਮੁੱਦੇ ਅਕਸਰ ਸਿਆਸੀ ਪਾਰਟੀਆਂ ਲਗਾਤਾਰ ਉਠਾਉਂਦੀਆਂ ਰਹਿੰਦੀਆਂ ਨੇ ਲੋਕਾਂ ਨੂੰ ਭਰਮਾਉਣ ਦੇ ਵਾਸਤੇ। ਜੀ ਪੰਨੂ ਸਾਹਿਬ, ਮੁੱਦੇ ਹਾਲੇ ਹੋਰ ਵੀ ਬੜੇ ਨੇ, ਪਰ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇੱਥੇ ਖਤਮ ਹੋ ਗਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ 'ਚ ਆਪਣੇ ਵਿਚਾਰ ਸਾਂਝੇ ਕੀਤੇ ਦਰਸ਼ਕਾਂ ਦੇ ਨਾਲ। ਧੰਨਵਾਦ, ਬਹੁਤ ਮਿਹਰਬਾਨੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸੱਚੀਆਂ ਅਤੇ ਖਰੀਆਂ ਪੰਨੂ ਦੀਆਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕੱਲ੍ਹ ਫਿਰ ਇਸੇ ਵੇਲੇ ਨਵੇਂ ਮੁੱਦਿਆਂ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ।